ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਨੇ? ਸਭ ਦੋਸਤਾਂ ਦਾ ਠੀਕ ਠਾਕ ਹੋ, ਖੈਰ ਖਰੀਅਤ ਦੇ ਨਾਲ ਹੋ। ਜਿਸ ਤਰ੍ਹਾਂ ਕਿ ਮੈਂ ਸਾਰੇ ਦੋਸਤਾਂ ਨੂੰ ਦੱਸਿਆ ਸੀ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਐਸੀ ਸ਼ਖਸੀਅਤ ਦੇ ਕੋਲ ਅੱਜ ਅਸੀਂ ਆਏ ਹਾਂ ਜਿਹਦੀ ਲਾਈਵ ਇੰਟਰਵਿਊ ਵਾਸਤੇ ਬਹੁਤ ਸਾਰੇ ਲੋਕਾਂ ਦੀਆਂ ਫਰਮਾਇਸ਼ਾਂ ਸੀ ਕਿ ਜ਼ੈਨ ਭਾਈ, ਉਹਨਾਂ ਦੇ ਕਬੂਤਰ 7 ਤੋਂ ਪਾਰ ਬੈਠਦੇ ਰਹੇ ਆ, 8 ਤੋਂ ਪਾਰ ਬੈਠਦੇ ਰਹੇ ਜੇਡ ਦੇ ਵਿੱਚ, ਅਤੇ ਬੰਦੇ ਵੀ ਬੜੇ ਸਾਦੇ ਆ, ਛੱਤ ਵੀ ਬੜੀ ਖੂਬਸੂਰਤ ਆ, ਅਤੇ ਸਾਨੂੰ ਕੋਈ ਉਹਨਾਂ ਦੀ ਛੱਤ ਦਾ ਵਿਜ਼ਿਟ ਕਰਵਾਓ। ਅਤੇ ਮੈਂ ਫਿਰ ਹਮੇਸ਼ਾ ਦੀ ਤਰ੍ਹਾਂ ਗੋਸ਼ੀ ਭਾਈ ਨੂੰ ਫੋਨ ਕੀਤਾ, ਔਰ ਉਹਨਾਂ ਦੀ ਮਿਹਰਬਾਨੀ ਹੈ, ਮੈਂ ਜਦੋਂ ਵੀ ਉਹਨਾਂ ਨੂੰ ਫੋਨ ਕਰਾਂ ਮੈਨੂੰ ਕਦੀ ਉਹਨਾਂ ਨੇ ਇਨਕਾਰ ਹੀ ਨਹੀਂ ਕੀਤਾ, ਉਹਨਾਂ ਦਾ ਵੱਡਾ ਪਨ ਹੈ। ਔਰ ਮੇਰਾ ਗੋਸ਼ੀ ਭਾਈ ਦੇ ਨਾਲ ਜਿਹੜਾ ਇਸ ਫੀਲਡ ਦਾ ਜਿਹੜਾ ਤਲਕ ਹੈ, ਸਮਝ ਲਓ ਕਿ ਮੈਂ ਆਪਣੀ ਫੀਲਡ ਨੂੰ ਸਟਾਰਟ ਹੀ ਜਿਹੜਾ ਸੀ ਉਹ ਇਹਨਾਂ ਦੇ ਪਹਿਲੇ ਫੰਕਸ਼ਨ ਤੋਂ ਕੀਤਾ ਸੀ। ਇਹਨਾਂ ਨੇ ਉਸਤਾਦੀ ਲਈ ਔਰ ਮੈਂ ਆਪਣੇ ਮੈਗਜ਼ੀਨ ਦਾ ਪਹਿਲਾ ਸੈਸ਼ਨ ਸਟਾਰਟ ਕੀਤਾ, ਅਤੇ ਮਾਸ਼ਾਅੱਲਾ ਬਹੁਤ ਅੱਛੇ ਲੋਕ ਨੇ, ਮਾਸ਼ਾਅੱਲਾ, ਔਰ ਬੜੇ ਕਾਰੋਬਾਰੀ, ਬੜੇ ਖਾਨਦਾਨੀ ਲੋਕ ਨੇ, ਦੋਸਤਾਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਨੇ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਬਹੁਤ ਸਾਰੇ ਇੰਡਸਟਰੀਅਲਿਸਟ ਲੋਕ ਨੇ, ਬਹੁਤ ਸਾਰੇ ਤਗੜੇ ਲੋਕ ਹੋਣਗੇ, ਲੇਕਿਨ ਜਦੋਂ ਸੈਰ ਲਈ ਜਾਂਦੇ ਨੇ ਜਾਂ ਆਪਣੀ ਫਰੈਸ਼ਮੈਂਟ ਵਾਸਤੇ ਬਾਹਰ ਨਿਕਲਦੇ ਨੇ, ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਖੁਦ ਜਾਈਏ, ਕੋਈ ਦੋਸਤ ਲੈ ਕੇ ਜਾਈਏ, ਜਾਂ ਦੂਸਰੇ ਲਫ਼ਜ਼ਾਂ 'ਚ ਕਹਿ ਲਓ ਫੈਮਿਲੀ ਨਾਲ ਚਲੇ ਜਾਈਏ। ਅਤੇ ਗੋਸ਼ੀ ਭਾਈ ਦੇ ਨਾਲ ਮੈਂ ਦੇਖਿਆ ਕਿ ਗੋਸ਼ੀ ਭਾਈ ਆਪਣੀ ਗੱਡੀ ਉਹਨਾਂ ਦੇ ਕੋਲ ਹੈ, ਮਰਸਡੀਜ਼ ਜਾਂ ਜਿਹੜੀ ਗੱਡੀ, ਮਾਸ਼ਾਅੱਲਾ ਕਰੂਜ਼ਰ, ਉਹਦੇ ਉੱਤੇ ਸਾਰੇ ਮੈਲੇ ਕੱਪੜਿਆਂ ਵਾਲੇ ਬੰਦੇ ਜਿੰਨੇ ਇਹਨਾਂ ਦੇ ਮੁਲਾਜ਼ਮ ਸਾਰੇ ਅੱਗੇ ਪਿੱਛੇ ਜਨਾਬ, ਇਹਨਾਂ ਨਾਲ ਮਰੀ ਔਰ ਨਾਰਾਨ ਕਗਾਨ ਔਰ ਬਹੁਤ ਸਾਰੇ ਖੂਬਸੂਰਤ ਇਲਾਕਿਆਂ ਦੇ ਵਿੱਚ ਆਪਣੇ ਦੋਸਤਾਂ ਨੂੰ, ਆਪਣੇ ਵਰਕਰਾਂ ਨੂੰ ਖਾਸ ਕਰ ਨਾਲ ਲੈ ਕੇ ਜਾਂਦੇ, ਔਰ ਫਰਕ ਨਹੀਂ ਰੱਖਦੇ ਕਿਸੇ ਬੰਦੇ ਦੇ ਨਾਲ। ਅਤੇ ਬੜੀ ਸਾਦਾ ਤਬੀਅਤ ਸ਼ਖਸੀਅਤ ਹੈ, ਬੜੀ ਮਹਿਮਾਨ ਨਵਾਜ਼, ਬੜੇ ਦੋਸਤਾਂ ਦੇ ਦੋਸਤ, ਔਰ ਹਮੇਸ਼ਾ ਹੀ ਜਦੋਂ ਵੀ ਕਿਸੇ ਦੋਸਤ ਨੂੰ ਮਸਲਾ ਮਸਾਇਲ ਜਾਂ ਕੋਈ ਵੀ ਗੱਲ ਹੋਵੇ, ਗੋਸ਼ੀ ਭਾਈ ਹਮੇਸ਼ਾ ਹੀ ਸਰੇ ਫਹਿਰਿਸਤ ਹੁੰਦੇ। ਅਤੇ ਅਸੀਂ ਅੱਜ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਮੌਜੂਦ ਹਾਂ, ਉਹਨਾਂ ਨੇ ਬੜਾ ਖੂਬਸੂਰਤ ਕਮਰਾ ਬਣਾਇਆ, ਔਰ ਬੜੀ ਸੈਟਿੰਗ ਵੀ ਬੜੀ ਡੀਸੈਂਟ ਉਹਨਾਂ ਨੇ ਕੀਤੀ ਹੈ ਬੈਠਣ ਵਾਸਤੇ। ਅਤੇ ਮੇਰੇ ਬੈਕ ਸਾਈਡ ਦੇ ਉੱਪਰ ਸਾਰਾ ਉਹਨਾਂ ਦਾ ਉਹਨਾਂ ਨੇ ਆਪਣਾ ਇੱਕ ਸਿਸਟਮ ਬਣਾਇਆ, LED ਸਾਰਾ ਕਮਰਾ ਸ਼ਮਰਾ ਬਿਹਤਰੀਨ ਉਹਨਾਂ ਨੇ ਬਣਾਇਆ, ਕਲੀਨ ਕੱਪ ਯੇ ਉਹ ਹਰ ਚੀਜ਼ ਉਹਨਾਂ ਨੇ ਆਪਣੀ ਸੈਟਿੰਗ ਦੇ ਮੁਤਾਬਕ ਕੀਤੀ, ਤਾਂ ਕਿ ਕਿਸੇ ਬੰਦੇ ਨੂੰ, ਕਿਸੇ ਮਹਿਮਾਨ ਆਏ ਨੂੰ ਕੋਈ ਮਸਲਾ ਮਸਾਇਲ ਨਾ ਆਏ, ਔਰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਉਹ ਇੱਥੇ ਅਵੇਲੇਬਲ ਹੈ। ਦੇਖੋ ਤੁਸੀਂ ਮੇਰੇ ਪਿੱਛੇ ਫਰਿੱਜ ਹੈ ਔਰ ਉੱਪਰ AC ਹੈ, ਮਾਸ਼ਾਅੱਲਾ ਕਿਸੇ ਚੀਜ਼ ਦੀ ਉਹਨਾਂ ਨੇ ਆਪਣੀ ਛੱਤ ਦੇ ਵਿੱਚ ਕਮੀ ਨਹੀਂ ਛੱਡੀ। ਅਤੇ ਕਬੂਤਰਾਂ ਦੀ ਪਰਫਾਰਮੈਂਸ ਵੀ ਉਹਨਾਂ ਦੀ ਕਾਬਲੇ ਤਾਰੀਫ ਹੈ, ਬੜੀ ਅੱਛੀ ਉਹਨਾਂ ਦੀ ਸੈਟਿੰਗ ਰਹੀ ਹੈ, ਸਮਝ ਲਓ ਕਿ 95% ਜਿੱਤ ਰਹੀ ਹੈ ਇਸ ਦਫ਼ਾ ਉਹਨਾਂ ਦੀ। ਕਬੂਤਰ ਵੀ 8 ਵਜੇ ਤੋਂ ਪਾਰ ਬੈਠੇ, ਔਰ 8 ਵਜੇ ਤੋਂ ਪਾਰ ਇਸ ਤਰ੍ਹਾਂ ਨਹੀਂ ਬੈਠੇ ਕਿ ਮੁਨਸਫ ਚਲੇ ਗਏ ਅਤੇ ਕਬੂਤਰ 8 ਤੋਂ ਪਾਰ ਬਹਿਣੇ ਸ਼ੁਰੂ ਹੋ ਗਏ। ਕਬੂਤਰ ਮੁਨਸਫਾਂ ਦੀ ਮੌਜੂਦਗੀ ਦੇ ਵਿੱਚ ਹੀ 8:00 'ਤੇ ਬੈਠੇ, 7 ਵਜੇ ਤੋਂ ਬਾਅਦ ਤਾਂ ਉਹਨਾਂ ਦੀਆਂ ਪਰਵਾਜ਼ਾਂ ਹੈ ਨੇ ਮਾਸ਼ਾਅੱਲਾ ਕਈ, ਔਰ ਸਖਤ ਗਰਮੀ ਦੀਆਂ ਨੇ। ਅਤੇ ਮਜ਼ੀਦ ਜਿਹੜੀ ਗੱਪਸ਼ਪ ਹੈ, ਗੁਫਤਗੂ ਆ, ਉਹ ਮੈਂ ਤੁਹਾਡੀ ਉਹਨਾਂ ਦੇ ਨਾਲ ਕਰਵਾਉਣਾ, ਬੜਾ ਮਜ਼ਾ ਆਏਗਾ ਤੁਹਾਨੂੰ ਗੱਪਸ਼ਪ ਲਾ ਕੇ। ਹੋਰ ਕਿਸੇ ਦੋਸਤ ਨੇ ਕੋਈ ਸਵਾਲ ਕਰਨਾ ਹੋਵੇ, ਕੋਈ ਸ਼ੌਕ ਦੇ ਮਤਲਬ ਕੋਈ ਗੱਲ ਪੁੱਛਣੀ ਹੋਵੇ, ਤਾਂ ਉਹ ਲਿਖ ਕੇ ਪੁੱਛ ਸਕਦਾ। ਮਾਸ਼ਾਅੱਲਾ 78 ਵਾਚਿੰਗ ਵਿਊ ਨੇ ਮਾਸ਼ਾਅੱਲਾ ਇਸ ਟਾਈਮ 'ਤੇ, ਮੈਂ ਮੁਲਾਕਾਤ ਕਰਵਾਉਣਾ ਜੀ, ਕਿਸੇ ਤਾਰਫ ਦੇ ਮੁਹਤਾਜ ਨਹੀਂ ਮਾਸ਼ਾਅੱਲਾ। ਆਪਣੇ ਨਾਮ ਦੇ ਨਾਲ ਵੀ ਉਹਨਾਂ ਦੇ ਨਵਾਬ ਲੱਗਾ ਹੈ ਵੀ ਮਾਸ਼ਾਅੱਲਾ ਨਵਾਬ ਨੇ ਜੀ। ਅਸਲਾਮ ਵਾਲੇਕੁਮ ਗੋਸ਼ੀ ਭਾਈ, ਕੀ ਹਾਲ ਚਾਲ ਹੈ ਗੋਸ਼ੀ ਭਾਈ? ਅਤੇ ਗੋਸ਼ੀ ਭਾਈ, ਮਾਸ਼ਾਅੱਲਾ ਬੜਾ ਅੱਛਾ ਤੁਹਾਡਾ ਸਿਸਟਮ ਚੱਲ ਰਿਹਾ ਹੈ ਕਬੂਤਰਬਾਜ਼ੀ ਦਾ, ਅਤੇ ਤੁਸੀਂ ਹਮੇਸ਼ਾ ਹੀ ਆਪਣੇ ਡੇਰੇ ਨੂੰ ਇੱਕ ਬਾਦਸ਼ਾਹ ਸਲਾਮਤ ਵਾਲਾ ਡੇਰਾ ਬਣਾ ਕੇ ਰੱਖਿਆ। ਪਹਿਲੇ ਉਹ ਪੁਰਾਣੀ ਫੈਕਟਰੀ ਸਾਈਜ਼ਿੰਗ ਦੇ ਉੱਪਰ ਵੀ ਯਾਦ ਹੈ ਤੁਹਾਨੂੰ, ਜਦੋਂ ਉਹ ਅਲਾਈਡ ਮੋਢਾ ਹੈ ਉਹ ਮੋੜ ਦੇ ਉੱਪਰ ਬੜੀ ਖੂਬਸੂਰਤ ਛੱਤ ਸੀ, ਔਰ ਬੜਾ ਤੁਸੀਂ ਕਮਾਲ ਕਰਕੇ ਹੁਣ ਵੀ ਤੁਸੀਂ ਛੱਤ ਐਸੀ ਬਣਾਈ, ਮੇਰਾ ਖਿਆਲ ਕਿ ਖਾਬ ਹੀ ਹੈ ਕੋਈ, ਪਹਿਲੇ ਐਡਾ ਨਕਸ਼ਾ ਬਣਾਵੇ, ਇੰਨੀ ਜਗ੍ਹਾ ਲੈ ਇਹਨੂੰ ਛੱਤੇ, ਔਰ ਇੰਨਾ ਰੰਗ, ਇੰਨੀ ਮਿਹਨਤ, ਔਰ ਇੰਨੀ ਲਗਨ, ਔਰ ਇੰਨਾ ਜਨੂਨ ਮੈਂ ਘੱਟ ਬੰਦਿਆਂ ਦੇ ਵਿੱਚ ਦੇਖਿਆ। ਸਭ ਤੋਂ ਪਹਿਲਾਂ ਤਾਂ ਜੀ ਸਭ ਭਰਾਵਾਂ ਨੂੰ ਸਲਾਮ ਮੇਰਾ ਜੀ, ਵਾਲੇਕੁਮ। ਬਾਕੀ ਸ਼ੌਕ ਤਾਂ ਫਿਰ ਤੁਹਾਨੂੰ ਪਤਾ ਜੀ, ਸ਼ੌਕ ਹੁੰਦਾ ਬਿਲਕੁਲ। ਮੈਂ ਅੱਗੇ ਵੀ ਤੁਹਾਨੂੰ ਕਈ ਦਫ਼ਾ ਇਹੋ ਗੱਲ ਕੀਤੀ ਹੈ ਕਿ ਇੱਕੋ ਸ਼ੌਕ ਪਾਲਿਆ ਜੀ, ਉਹ ਵੀ ਕਬੂਤਰਬਾਜ਼ੀ ਦਾ ਜੀ। ਲੋਕ ਇਹਨੂੰ ਭੈੜਾ ਕਹਿਣ ਜੋ ਮਰਜ਼ੀ ਕਹਿਣ, ਸਾਡੇ ਵਾਸਤੇ ਸਾਰਾ ਕੁਛ ਇਹੋ ਸ਼ੌਕ ਆ, ਬੜੀ ਗੱਲ ਹੈ। ਅਤੇ ਇਹ 'ਚ ਨਾ ਸਾਨੂੰ ਕਿਤੇ ਬਾਹਰ ਜਾਣਾ ਪੈਂਦਾ ਵਾ, ਨਾ ਕਿਤੇ ਬਾਹਰ ਕਿਸੇ ਗਲਤ ਆਦਮੀ ਕੋਲ ਬਹਿਣਾ ਪੈਂਦਾ ਜੀ। ਇਹ ਤਾਂ ਪਤਾ ਨਾ, ਘਰਦਿਆਂ ਨੂੰ ਪਤਾ, ਸਾਰਿਆਂ ਨੂੰ ਪਤਾ ਇਹ ਆਪਣੇ ਘਰ ਦੇ ਵਿੱਚ ਬੈਠੇ ਆ, ਕਿਤੇ ਬਾਹਰ ਨਹੀਂ ਹੈ ਬਿਲਕੁਲ। ਅਤੇ ਬਾਕੀ ਮੇਰੇ ਉਸਤਾਦ ਨੂੰ ਵੀ ਹੈਗੇ ਆ, ਭਾਈ ਮੁੰਨੇ ਹੋਣੀ ਬਾਹਰ ਜੀ। ਅਤੇ ਬਾਕੀ
ਬਾਹਰ ਜਾ ਕੇ ਗੁਫ਼ਤਗੂ ਕਰਦੇ ਆ, ਕਬੂਤਰ ਵੀ ਤੁਹਾਨੂੰ ਸ਼ੌਕ ਵੀ ਕਰਾਉਂਦੇ ਮਾਸ਼ਾਅੱਲਾ। ਠੀਕ ਹੈ ਸਰ, ਆ ਜਾਓ ਆਓ ਜੀ। ਰਾਣਾ ਮੁੰਨਾ ਸਾਹਿਬ ਤਸ਼ਰੀਫ ਲੈ ਆਏ ਨੇ। ਕਹੋ ਜੀ, ਕਬੂਤਰਬਾਜ਼ੀ ਦਾ ਤਾਜ ਮਹਿਲ ਹੀ ਹੈ ਛੱਤ ਕਾਦੀ। ਬੱਚੇ ਦੋ ਕੁੱਤਿਆਂ ਦੇ ਇੱਥੇ ਨੇ। ਇਹ ਗੋਸ਼ੀ ਬਾਈ ਦੀ ਛੱਤ ਦਾ ਮੁਕੰਮਲ ਵਿਊ ਹੈ। ਇਹ ਸਵਿਮਿੰਗ ਪੂਲ ਹੈ, ਸਾਰੇ ਖੁੱਡੇ ਨੇ, ਛੱਤ ਨੇ। ਇਹ ਪਾਰਕ ਹੈ, ਇਹ ਮਾਸ਼ਾਅੱਲਾ ਜੀ ਇਹ ਬਰੀਡਿੰਗ ਸੈਟਅਪ ਹੈ ਨਾਲ ਦੂਸਰੀ ਸਾਈਡ ਦੇ ਉੱਤੇ। ਰਾਣਾ ਸਾਹਿਬ ਆ ਗਏ ਨੇ ਮਾਸ਼ਾਅੱਲਾ। ਅਸਲਾਮੁ ਅਲੈਕਮ ਰਾਣਾ ਸਾਹਿਬ, ਕੀ ਹਾਲ ਚਾਲ ਨੇ? ਵਾਲੇਕੁਮ ਸਲਾਮ, ਹਾਲ ਚਾਲ ਤੁਹਾਨੂੰ ਪਤਾ ਹੀ ਹੈ। ਅੱਛਾ ਜੀ, ਅਤੇ ਕਿੱਥੇ ਰਹੇ ਹੋ ਇੰਨੀ ਦੇਰ? ਬੜਾ ਇੰਤਜ਼ਾਰ ਤੁਸੀਂ ਕਰਵਾਇਆ। ਉਹ ਯਾਰ ਕੀ ਦੱਸੀਏ ਰਹਿਣ, ਅੱਜ ਬਹੁਤ ਸ਼ੁਕਰੀਆ ਗੁਸ਼ ਭਾਈ। ਬੱਚੇ ਸੀ ਗੁਸ਼ ਭਾਈ, ਇੱਧਰ ਘਰ ਭਲੇ ਕੋਈ 250-300। ਅੱਛਾ ਜੀ, ਕੋਈ ਇੱਕ ਝੋਲੀ ਪਲ ਕੇ ਫਿਰ ਉਹ 5-5-6-6 ਪਰਦੇ ਹੋ ਗਏ, ਫਿਰ ਨਾਲ ਛੋਟੇ ਰਲ ਗਏ, ਬਾਜ਼ੀਆਂ ਦੌਰਾਨ ਛੱਡ ਨਹੀਂ ਹੋਏ। ਅੱਛਾ ਜੀ, ਉਹ ਅੱਜ ਛੱਡਣੇ ਸੀ ਅਤੇ ਮੈਂ ਉਹ ਸਾਰੇ ਲੋਡ ਕਰਾ ਰਿਹਾ ਗਿਣਤੀ ਕਰਕੇ। ਅੱਛਾ ਅੱਛਾ ਅੱਛਾ, ਹੁਣ ਛੱਤ 'ਤੇ ਭੇਜ ਕੇ ਫਿਰ ਨਹਾ ਕੇ ਅਤੇ ਮੈਂ ਫਿਰ ਤੁਹਾਡਾ ਫੋਨ ਆ ਗਿਆ, ਮੈਂ ਤੁਹਾਨੂੰ ਸੋਚ ਕੇ ਆਉਣਾ ਹੀ ਪੈਣਾ। ਬੜੀ ਮਿਹਰਬਾਨੀ, ਅਤੇ ਮੈਂ ਆ ਗਿਆ ਇੱਧਰ। ਜ਼ਬਰਦਸਤ, ਗੋਸ਼ੀ ਭਾਈ ਨੇ ਮਾਸ਼ਾਅੱਲਾ ਪਰਿਵਾਰਾਂ 'ਤੇ ਦੇ ਕੇ ਕਮਾਲ ਕਰ ਦਿੱਤੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਮੇਰੀ ਜਿਹੜਾ ਕੈਲਕੂਲੇਸ਼ਨ ਤੋਂ ਬਗੈਰ ਜਿਹੜਾ ਆਈਡੀਆ, ਉਹ ਮਾਸ਼ਾਅੱਲਾ 90% ਜਿੱਤਾ ਹੈ ਉਹਨਾਂ ਦੀ ਇਸ ਦਫ਼ਾ। ਔਰ ਕਬੂਤਰ ਵੀ 8 ਵਜੇ ਤੋਂ ਬਾਅਦ ਬੈਠਦੇ ਰਹੇ, ਔਰ 7 ਵਜੇ ਤੋਂ ਬਾਅਦ ਵੀ ਬੈਠਦੇ ਰਹੇ ਮਾਸ਼ਾਅੱਲਾ। ਅਤੇ ਬੜੀ ਇਹਨਾਂ ਦੀ ਉਮਦਾ ਪਰਫੋਰਮੈਂਸ ਰਹੀ। ਅਤੇ ਕੀ ਕਹਿਣਾ ਚਾਹੋਗੇ ਗੋਸ਼ੀ ਭਾਈ, ਕੈਸੇ ਬੰਦੇ ਨੇ? ਤੁਹਾਡਾ ਤੁਹਾਡੀ ਸ਼ਾਗਿਰਦੀ ਦੇ ਵਿੱਚ ਇਹਨਾਂ ਦਾ ਪਹਿਲਾ ਸੀਜ਼ਨ ਆ। ਗੋਸ਼ੀ ਭਾਈ ਦਰਬਾਰਾਂ ਦੇ 8-8 ਦਿਨ ਦਿੰਦੇ ਜਾ ਕੇ। ਅੱਛਾ, ਦਰਵੇਸ਼ ਆਦਮੀ ਨੇ ਜੀ, ਲੰਗਰ ਪਾਣੀ ਵੰਡਣ ਵਾਲੇ ਬੰਦੇ ਨੇ। ਅੱਛਾ ਜੀ, ਸ਼ਹਿਨਸ਼ਾਹ ਦੇ ਮਾਨੀ ਨੇ। ਬੜੀ ਗੱਲ, ਅਤੇ ਅਲੀ ਵਾਲੇ ਕਿੱਥੇ ਹਰਦੇ ਰਹਿਣ? ਗੱਲ ਤੇ ਆ, ਅਲੀ ਵਾਲਾ ਨਹੀਂ ਹਰਦਾ, ਅਲੀ ਵਾਲਾ ਕਿੱਥੇ ਹਰਨਾ ਜੀ? ਗੱਲ ਵਿੱਚ ਵੀ ਅਲੀ ਵਾਲਾ ਹੀ ਪਾਇਆ। ਅਲੀ ਵਾਲਿਆਂ ਨੂੰ ਸਿਰਫ ਮੀਂਹ ਨੇਰੀ ਪੈਂਦੀ, ਹਰਦੇ ਹੁਰਦੇ ਕੋਈ ਨਹੀਂ। ਕਿਆ ਕਹਿ, ਇੱਕ ਮਿੰਟ ਕੁਛ ਮੈਂ ਜਰਾ ਕਲੋਜ਼ ਇੱਥੇ ਹੀ ਦੇਖ ਲਓ ਜੀ। ਇਹ ਅਲੀ ਮਦਦ ਦੀ ਹੈ ਜੀ, ਕਿਆ ਬਾਤ ਹੈ, ਕਿਆ ਬਾਤ, ਮਾਸ਼ਾਅੱਲਾ ਪੜਿਆ ਜਾ ਰਿਹਾ ਅਲੀ ਵਾਲੇ ਨੇ ਜੀ ਕਦੀ ਹਰਦੇ। ਕਿਆ ਬਾਤ ਹੈ, ਕਿਆ ਬਾਤ ਹੈ, ਮਾਸ਼ਾਅੱਲਾ। 150 ਬੰਦੇ ਨਾਲ ਸਾਡੇ ਲਾਈਵ ਨੇ, ਸਟਾਰਟਿੰਗ ਹੀ ਹੋਇਆ ਹਾਲੇ। ਰਾਣਾ ਸਾਹਿਬ ਵੈਸੇ ਹੀ ਇੱਕ ਫੇਵਰੇਟ ਜਿਹੜਾ ਨਾ ਉਹ ਮੀਡੀਆ ਦੇ ਪਰਸਨ ਨੇ, ਜਿਹੜਾ ਬੰਦਾ ਇਹਨਾਂ ਨੂੰ ਦੇਖ ਲੈਂਦਾ ਉਹ ਫਿਰ ਕੁਛ ਨਾ ਕੁਛ ਸਿੱਖਣ ਦੀ ਨੀਅਤ ਨਾਲ, ਕੁਛ ਨਾ ਕੁਛ ਪੁੱਛਣ ਦੀ ਨੀਅਤ ਨਾਲ ਦਿਲਚਸਪੀ ਜ਼ਾਹਰ ਕਰਦਾ ਮਾਸ਼ਾਅੱਲਾ। ਅਤੇ ਰਾਣਾ ਸਾਹਿਬ ਇਹ ਤਾਂ ਗੱਲ ਠੀਕ ਹੋ ਗਈ, ਲੇਕਿਨ ਗੋਸ਼ੀ ਭਾਈ ਦੀ ਕਾਮਯਾਬੀ ਆ, ਇੰਨਾ ਕਬੂਤਰ ਇਹਨਾਂ ਨੇ ਰੱਖਿਆ, ਇੰਨੇ ਕਬੂਤਰ ਨੂੰ ਕਿਸ ਤਰ੍ਹਾਂ ਹੈਂਡਲ ਕਰਨਗੇ? ਇਹਨਾਂ ਨੂੰ ਕੋਈ ਫਿਊਚਰ 'ਚ ਇੰਸਟਰਕਸ਼ਨ ਦਿੱਤੀਆਂ ਤੁਸੀਂ? ਬਿਲਕੁਲ ਬਿਲਕੁਲ, ਸਖਤੀ ਨਾਲ ਦਿੱਤੀਆਂ। ਅੱਛਾ ਜੀ, ਇੱਕ ਤਾਂ ਆ ਜਾਣ ਲੜਵੀ ਵਾਲੇ ਕੋਲ ਬਚਣਾ ਇਹਨੇ। ਅੱਛਾ ਜੀ, ਤੁਹਾਡੇ ਰਾਤੀ ਤੁਹਾਡੇ ਸਾਹਮਣੇ ਕਹਿ ਕੇ ਨੀ ਸਾਰੇ ਲਾਈ ਵੀ ਕਹਿੰਦਾ ਹੁੰਦਾ ਹਰ ਗੱਲ, ਇਹੀ ਤੇ ਰਾਣਾ ਮੁੰਨਾ ਵਾ, ਜਿਸ ਦਿਨ ਇਹ ਗੱਲ ਮੋਗੀ ਉਸ ਦਿਨ ਖਬਰ 'ਚ ਪੈ ਜਾਣਾ। ਇਹੀ ਸਪੈਸ਼ਲਿਟੀ ਆ ਆਪਣੀ, ਇੱਕ ਤੇ ਆਦਮ ਦੜਵੀ ਵਾਲੇ ਕੋਲ ਬਚਣਾ। ਸਹੀ, ਉਹਦੀ ਵਜ੍ਹਾ ਇਹ ਆ ਉਹ ਭਾਈ ਹੋਣਾ ਇਹਨੂੰ 350 ਕਬੂਤਰ ਦਿੱਤਾ ਸੀ। ਅੱਛਾ ਜੀ, ਉਹ ਮੇਰਾ ਮੌਤ ਬੈਠਾ, ਮੇਰਾ ਸ਼ਗਿਰਦ ਉੱਧਰ ਕਰਨਾ, ਬਿੱਲਾ ਭਾਈ ਬੈਠੇ ਜੀ ਇੱਧਰ ਮੂੰਹ ਕਰੋ ਹੁਣ ਮੇਰੇ। ਮੈਂ ਕਿਹਾ ਯਾਰ ਇਹਨੂੰ ਕੱਢ ਕੇ ਪੱਲਾ ਮਾਰ, ਕਹਿੰਦਾ ਉਸਤਾਦ ਜੀ ਹੁਣ ਤਾਂ ਕਾਰੀਗਰ ਵੀ ਲੂਮਾਂ ਵਾਲੇ ਦੇ ਇੱਧਰ ਬੁਲਾ ਲਏ, ਇੱਕ ਇੱਥੇ ਖਲੋਤਾ ਹੁੰਦਾ, ਇੱਕ ਇੱਥੇ ਖਲੋਤਾ ਹੁੰਦਾ, ਇੱਕ ਇੱਥੇ ਇੱਕ ਇੱਥੇ, ਪੱਲੇ ਮਾਰ ਮਾਰ ਸਾਨੂੰ ਚੱਕਰ ਆ ਗਏ, ਇਹਨਾਂ ਨੇ ਗੇੜਾ ਨਹੀਂ ਕੱਢਿਆ। ਉਹ ਅੱਲਾ ਅੱਲਾ ਕਰਕੇ, ਕਹਿਣ ਦਾ ਮਕਸਦ ਸ਼ੁਗਰ ਦੀ ਗੱਲ ਇਹ, ਮੈਂ ਇਹ ਕਿਹਾ ਕਿ 8-9 ਘੰਟੇ ਵਾਲਾ ਕਬੂਤਰ ਕਮ ਅਜ਼ ਕਮ ਉਹ ਹੋਣਾ ਚਾਹੀਦਾ ਤੁਹਾਡੇ ਜ਼ਖੀਰੇ 'ਚ, ਹੋਣਾ ਚਾਹੀਦਾ ਤੁਹਾਡੀ ਕਲੈਕਸ਼ਨ 'ਚ, ਹੋਣਾ ਚਾਹੀਦਾ ਜੀ ਜੀ। ਚਲੋ ਫਿਰ ਕੋਈ ਖੇਲ ਪਾਣੀ, ਕੋਈ ਦਾਣਾ ਪਾਣੀ, ਕੋਈ ਚੱਕਰ ਬੰਦਾ ਕਰ ਹੀ ਲੈਂਦਾ, ਕਰ ਲੈਂਦਾ ਜੀ। ਹਾਂਜੀ, ਬਾਕੀ ਅਲਾਦੀਨ ਦਾ ਚਿਰਾਗ ਦੇ ਉਸਤਾਦਾਂ ਨੂੰ ਹੁੰਦਾ ਨਹੀਂ, ਕਿਆ ਹੁਕਮ ਹੈ ਮੇਰੇ ਆਕਾ, ਜਪੂਤਾ ਜੇ ਨਾਣਾ ਤਾਂ ਉਹਨੇ ਕਬੂਤਰ ਉਡਾ ਦੇਣੇ। ਬਿਲਕੁਲ ਇਸ ਤਰ੍ਹਾਂ ਹੀ, ਭਾਈ ਆਇਆ ਸੀ, ਮੈਂ ਤਾਂ ਖੈਰ ਘੱਟ ਹੀ ਆਇਆ, ਰੌਕ ਆਸ਼ਕ ਇੱਥੇ ਜੀ, ਉਹਨਾਂ ਨੇ ਮੈਨੂੰ ਕਿਹਾ ਜੀ 116 ਨੰਬਰ ਕਬੂਤਰ ਆ। ਅੱਛਾ ਜੀ, ਅਗਰ ਉਹ ਬਚ ਗਿਆ ਬਾਜ਼ੀ ਨਹੀਂ ਰਹੇਗਾ। ਅੱਛਾ ਜੀ, ਇਸ ਤਰ੍ਹਾਂ ਹੀ ਇੱਦਾਂ ਹੀ ਇੱਦਾਂ ਹੀ
ਸਭ ਤੋਂ ਪਹਿਲੇ ਦਿਨ ਫੜ ਗਏ। ਅੱਛਾ ਜੀ, 16 ਨੰਬਰ ਕਬੂਤਰ ਹੀ ਤਮਾਮ ਬਾਰੀਆਂ ਉੜਿਆ, ਕੱਲ ਵੀ ਜਿਹੜਾ 7:42-43 ਦੇ ਬੈਠਾ ਹੋ ਗਈ, ਬਹੁਤ ਪਹਿਲੇ ਵੀ 7:14 ਦੇ ਉਹੀ ਬੈਠਾ ਸੀ, ਬਹੁਤ ਅੱਛੇ, ਪਹਿਲੇ ਵੀ 7 ਤੋਂ ਨਹੀਂ ਗਰਾਸ ਜੀ। ਰਾਓ ਸਾਹਿਬ ਦਾ ਫਿਰ ਗੁਣ ਤੇ ਹੈ ਨੇ ਨਾ ਜੀ ਉਹਨਾਂ ਦੇ ਵਿੱਚ। ਹਾਂਜੀ, ਔਰ ਉਹਨਾਂ ਦੀ ਪਛਾਣ ਬੜੀ ਕਬੂਤਰ ਦੀ, ਬਹੁਤ ਅੱਛੀ ਪਛਾਣ ਮਾਸ਼ਾਅੱਲਾ ਉਹਨਾਂ ਦੀ। ਉਸਤਾਦ ਜੀ ਦਾ ਉਹ ਕਬੂਤਰ ਦਾ ਵੀ ਸ਼ੌਕ ਕਰਾਓ ਜਿਹੜਾ ਲਿਆਓ ਬਿੱਲੇ। ਉਸਤਾਦ ਜੀ ਵੈਸੇ ਮਜ਼ਾਕ ਤੋਂ ਹਟ ਕੇ, ਉਸਤਾਦ ਆਜ਼ਮ ਜਿਹੜਾ ਇੱਕ ਪੁਰਾਣਾ ਬੰਦਾ ਸ਼ਹਿਰ ਦਾ ਕਬੂਤਰਬਾਜ਼ੀ ਦੇ ਹਿਸਾਬ ਨਾਲ, ਬਾਕੀ ਉਹੀ ਕਹਿੰਦਾ ਪੁਰਾਣਾ ਹੋ ਗਿਆ, ਪੁਰਾਣਾ ਹੋਰ ਨਵਾਂ ਆ ਗਿਆ ਜਾਨ ਭਾਈ। ਬਿਲਕੁਲ ਸਹੀ, ਚਲੋ ਅੱਲਾ ਖੈਰ ਕਰੇ ਇਨਸ਼ਾਅੱਲਾ ਤਾਲਾ। ਗੋਸ਼ੀ ਭਾਈ, ਅਸਾਂ ਉਹਦੇ ਮੁਤਲਕ ਗਲਤ ਗੱਲ ਨਹੀਂ ਕੋਈ ਕਰਦੇ ਜੀ ਜੀ, ਅਸਾਂ ਦੌਰ ਦੇ ਨਵੇਂ ਦੀ ਗੱਲ ਕਰ ਰਹੇ ਹਾਂ। ਬਿਲਕੁਲ ਸਹੀ, ਨਹੀਂ ਨਹੀਂ ਬਿਲਕੁਲ ਠੀਕ, ਕੋਈ ਬੰਦਾ ਇਹ ਵੀ ਨਾ ਮਹਿਸੂਸ ਕਰੇ ਕਿ ਅਸਾਂ ਨੂੰ ਗਲਤ ਕਹਿ ਰਹੇ ਹਾਂ। ਨਹੀਂ ਬਿਲਕੁਲ, ਨਾਲੇ ਗੱਲ ਇਹ ਕਿ ਉਹਦੇ ਦਿੱਤੇ ਕਬੂਤਰਾਂ ਨੂੰ ਗਲਤ ਜ਼ਰੂਰ ਕਹਿ ਰਹੇ ਨਹੀਂ ਸਹੀ, ਜੇ ਬੁੱਢੇ ਕਬੂਤਰ ਉਹਦੇ ਹੀ ਆ। ਅੱਛਾ ਜੀ, ਉਹ ਪੁਰਾਣੇ ਕਬੂਤਰ ਨੇ ਉਹਨਾਂ ਦੇ ਜਿਹੜੇ ਉਹਨਾਂ ਨੇ ਤੁਹਾਨੂੰ ਦਿੱਤੇ, ਪੁਰਾਣੀ ਨਸਲਾਂ ਦੇ, ਪੁਰਾਣੀਆਂ ਬਲੱਡ ਲਾਈਨਾਂ ਦੇ ਕਬੂਤਰ ਨੇ। ਔਰ ਮਜ਼ੇਦਾਰੀ ਦੀ ਗੱਲ ਇਹ ਆ ਕਿ ਜਿਹੜੇ ਕਬੂਤਰ ਉੱਡੇ ਆ ਉਹਨਾਂ ਦੇ 4-5 ਕਬੂਤਰ ਉਹਦੇ ਵੀ ਸੀ, ਉਹਦੇ ਵੀ ਸੀ। ਬਿਲਕੁਲ ਠੀਕ, ਜਿਹੜਾ ਉੱਡਿਆ ਉਹ ਕਿਹਦਾ ਸੀ, ਉਹ ਕਰਦਾ ਸੀ ਇਹ ਗੱਲ। ਕੋਸ਼ੀ ਭਾਈ ਨੂੰ ਥੋੜੀ ਜਿਹੀ ਗੱਲ ਘੁਮਾ ਕੇ ਕਰਨ ਦੀ ਆਦਤ ਆ, ਨਹੀਂ ਜਿਸ ਤਰ੍ਹਾਂ ਆਪ ਗੋਲ ਆ ਉਂਝ ਗੱਲ ਗੋਲ ਕਰ ਦਿੰਦੇ ਬੰਦਿਆਂ ਦੀ। ਹਾਂਜੀ, ਘਰ ਦੋ ਮੇਰੇ ਖੜੇ ਹੁੰਦੇ ਨਾ ਸਾਜੀ, ਨਹੀਂ ਨਹੀਂ ਘਰ ਦੋ ਨਹੀਂ ਰੱਖੀ ਦੇ ਹੁੰਦੇ, ਹੁਣ ਤੁਸੀਂ ਹੋਰ ਉਸਤਾਦਾਂ ਦੀ ਸਕੀਲ ਕੋਲ। ਹਾਂਜੀ, ਇੱਕੋ ਹੀ ਘਰ ਰੱਖੀ ਦਾ? ਨਹੀਂ ਨਹੀਂ, ਘਰ ਤੇ ਇੱਕੋ ਹੀ ਹੁੰਦਾ ਸਾਜੀ, ਇੱਕੋ ਘਰ ਦੇ ਰਵਾਂਗੇ ਤੇ ਗਾਂ ਕੋਈ ਤਿਆਰੀ ਕਰਾਂਗੇ। ਮਾਸ਼ਾਅੱਲਾ ਜੀ, ਇਹ ਕਬੂਤਰ ਇਹ ਵਾਲਾ ਜੀ? ਹਾਂਜੀ, ਇਹ ਮਾਸ਼ਾਅੱਲਾ, ਦੇਖੋ ਨਾ ਕੁੰਡਾ ਕਿੰਨਾ ਅੱਛਾ ਇਹਦਾ, ਮਤਲਬ ਡੋਪ ਕਰਨ ਵਾਲਾ ਕਬੂਤਰ, ਨੌਵੀਂ ਕੰਨੀ ਦੇਖੋ ਕਿੱਥੇ ਜਾ ਰਹੀ ਹੈ, ਜਾ ਰਹੀ ਬਹੁਤ ਹੈ ਕਿ ਨਹੀਂ ਲੰਬੀ। ਹਾਂਜੀ, ਮਤਲਬ ਬਹੁਤ ਗਹਿਰਾਈ ਕਰਨ ਵਾਲਾ ਕਬੂਤਰ ਹੈ। ਇੱਥੋਂ ਆ ਕੁੰਡਾ ਖੁੱਲ੍ਹਾ ਦੇਖੋ, ਹਾਂਜੀ, ਇਹਦਾ ਪਹਿਲਾ ਪਰ ਦੇਖੋ, ਇਹਦੇ ਪਰਾਂ ਦੀ ਚੜ੍ਹਾਈ ਦੇਖੋ, ਕਰਸ ਦੇਖੋ ਪਰਾਂ ਦੇ, ਮਤਲਬ ਤੇਜ਼ੀ ਆਪਣੀ ਪੂਰੀ ਸ਼ੋਅ ਕਰ ਰਿਹਾ, ਸਲਿਮ ਸਮਾਰਟ ਵੀ ਆ, ਅੱਛਾ ਨਸਲੀ ਆ। ਔਰ ਯਕੀਨ ਕਰੋ ਅੱਜ ਵੀ ਤਿਆਰ ਆ ਉੱਡਣ ਵਾਸਤੇ, ਕਬੂਤਰ ਪੂਰੇ ਇਹਦੇ ਮਸਲ ਡਿਵੈਲਪ ਆ ਪੂਰੇ, ਹਰ ਸ਼ਾਜ਼ਮ ਕਰਕੇ ਬੈਠਾ, ਇਹਨੂੰ ਸਵੇਰੇ ਛੱਡੋ ਕਬੂਤਰ ਸੱਟ ਮਾਰੇਗਾ, ਫਿਰ ਤਿਆਰ ਆ। ਹਾਂਜੀ ਲਓ ਜੀ, ਮਾਸ਼ਾਅੱਲਾ ਸਾਹਿਬ ਨੇ ਇੱਕ ਚੀਜ਼ ਦੱਸੀ ਕਿ ਪਹਿਲਾਂ ਪਰ ਇਹਦਾ ਦੇਖੋ, ਔਰ ਪਹਿਲੇ ਪਰ ਤੋਂ ਬਾਅਦ ਇਹਦਾ ਇਹਦੀ ਨੌਵੀਂ ਕਲੀ ਦੇਖੋ, ਨੌਵੀਂ ਕਲੀ ਤੋਂ ਬਾਅਦ ਇਹਦੇ ਪਰਾਂ ਦੇ ਕੱਟਸ ਦੇਖੋ, ਉੱਤੋਂ ਜਾ ਕੇ ਉੱਪਰੋਂ, ਔਰ ਬੜੀਆਂ ਅੱਜ ਅੱਜ ਖੁਸ਼ ਔਰ ਅੱਛੇ ਮੂਡ ਦੇ ਵਿੱਚ ਆ, ਜਿਹੜਾ ਮਤਲਬ ਸਟਾਰਟਿੰਗ ਹੀ ਉਹਨਾਂ ਨੇ ਤੁਹਾਡੇ ਨਾਲ ਹਰ ਚੀਜ਼ ਸ਼ੇਅਰ ਕਰਤੀ। 243 ਬੰਦੇ ਮਾਸ਼ਾਅੱਲਾ ਸਾਡੇ ਨਾਲ ਇਸ ਟਾਈਮ ਲਾਈਵ ਨੇ, ਮਾਸ਼ਾਅੱਲਾ ਜੀ ਬਹੁਤ ਮਾਸ਼ਾਅੱਲਾ ਜੀ, ਮਾਸ਼ਾਅੱਲਾ ਬਹੁਤ ਖੂਬ ਜੀ। ਔਰ ਇਹ ਉਹ ਕਬੂਤਰ ਹੈ ਜਿਹੜਾ ਰਾਓ ਕਾਸ਼ਿਫ ਸਾਹਿਬ ਨੇ ਪਹਿਲੇ ਦਿਨ ਆ ਕੇ ਸਿਲੈਕਟ ਕੀਤਾ ਸੀ, ਔਰ ਕਿਹਾ ਸੀ ਅਗਰ ਇਹ ਤੁਹਾਡੇ ਕੋਲ ਬਚਿਆ ਰਿਹਾ ਤਾਂ ਬਾਕੀਆਂ ਜਿਹੜੀਆਂ ਨੇ ਨਾ ਤੁਸੀਂ ਇਨਸ਼ਾਅੱਲਾ ਤਾਲਾ ਵਿਨ ਕਰ ਜਾਓਗੇ। ਔਰ ਮੈਂ ਸਲੂਟ ਪੇਸ਼ ਕਰਦਾ ਰਾਓ ਬਰਾਦਰਾਂ ਨੂੰ ਔਰ ਰਾਓ ਕਾਸ਼ਿਫ ਸਾਹਿਬ ਨੂੰ ਕਿ ਜਿਨ੍ਹਾਂ ਨੇ ਪਹਿਲੇ ਦਿਨ ਆ ਕੇ ਇੱਕ ਕਬੂਤਰ ਫੜ ਕੇ ਪੇਸ਼ਨਗੋਈ ਕਰ ਦਿੱਤੀ ਸੀ, ਔਰ ਅੱਜ ਔਰ ਉਹੀ ਇੰਨਾ ਉੜਿਆ ਕਬੂਤਰ, ਔਰ ਉਹਨਾਂ ਦੇ ਫੋਕਸ 'ਚ ਰਹਿ ਕੇ ਕਬੂਤਰ ਨੇ 7 ਤੋਂ 5 ਦੀਆਂ ਪਰਵਾਜ਼ਾਂ ਦਿੱਤੀਆਂ। ਅੱਛਾ ਗੋਸ਼ੀ ਭਾਈ, ਇਹ ਕਿੰਨੇ ਫੜਕਾਂ 'ਚ ਕਿੰਨੇ ਵਜੇ ਤੀਕਰ ਬੈਠਦਾ ਰਿਹਾ ਤੁਹਾਡੇ ਕੋਲ? ਇਹ ਜੀ ਟੋਟਲ ਸਮਝ ਲਓ ਸਾਡੀਆਂ ਜਿਹੜੀਆਂ 11 ਦੀਆਂ 11 ਬਾਜ਼ੀਆਂ ਨਾ, ਹਾਂਜੀ, ਇਸੇ ਕਬੂਤਰ ਨੇ ਸਮਝ ਜਵਾਬ ਮਿਹਨਤ ਔਰ ਇਹਨਾਂ ਦਾ ਹੱਥ ਸੀ ਮੇਰੇ ਉੱਤੇ, ਬੜੀ ਗੱਲ ਹੈ, ਕੋਈ ਸ਼ੱਕ ਨਹੀਂ। ਮੈਂ ਤੇ ਏਡਾ ਜੋਗਾ ਨਹੀਂ ਹੈ ਕਿ ਕਬੂਤਰ ਇੱਥੇ ਆਂਗੇ ਡਾਵਾਂ, ਮੇਰੇ ਕੋਲ ਤੇ ਆਪਣੇ ਕੰਮ ਹੀ ਨਹੀਂ ਮੁੱਕਦੇ ਜੀ ਜੀ। ਇਹ ਤੇ ਭਾਈ ਕਾਸ਼ਿਫ ਦੀ ਮਿਹਰਬਾਨੀ ਹੈ ਕਿ ਉਹ ਉਹਨਾਂ ਨੇ ਆਪਣਾ ਕੀਮਤੀ ਟਾਈਮ ਕੱਢਿਆ ਔਰ ਮਿਹਰਬਾਨੀ ਕੀਤੀ। ਇੰਨਾ ਜਜ਼ਬਾਤ ਮਸਲਨ ਮੈਂ ਕਦੀ ਜ਼ਿੰਦਗੀ 'ਚ ਨਹੀਂ ਵੇਖਿਆ ਕਿ ਜਿੱਡਾ ਉਹ ਜਨੂਨ ਹੋ ਕੇ, ਮਸਲਨ ਅਗਰ 5 ਮਿੰਟ 'ਚ ਆਪਣੀ ਛੱਤ 'ਤੇ ਹੁੰਦੇ ਸੀ ਨਿੰਮੂ ਵਾਲੇ,
ਤੇ ਉੱਥੋਂ 5 ਮਿੰਟਾਂ ਜਿੱਥੇ ਫੈਕਟਰੀ ਪਹੁੰਚ ਜਾਂਦੇ ਸੀ ਇੰਨੇ ਜਨੂਨ ਦੇ ਨਾਲ ਪਹੁੰਚਦੇ ਸੀ। ਗੋਸ਼ੀ ਬਾਈ ਇਹ ਦੱਸੋ ਕਿ ਜਿਸ ਤਰ੍ਹਾਂ ਹੁਣ ਮਾਸ਼ਾਅੱਲਾ ਤੁਹਾਡਾ 90% ਰਿਜ਼ਲਟ ਰਿਹਾ, ਠੀਕ ਹੈ, ਤੇ ਇਸ ਤਰ੍ਹਾਂ ਦਾ ਰਿਜ਼ਲਟ ਤੁਹਾਡਾ ਪਹਿਲੇ ਵੀ ਸੀ ਕਦੀ? ਨਹੀਂ, ਪਹਿਲੇ ਕਦੀ ਨਹੀਂ ਆਇਆ ਜੀ। ਪਹਿਲੇ ਕੀ ਮੈਂ ਅੱਗੇ ਵੀ ਤੁਹਾਨੂੰ ਅੱਗੇ ਸ਼ੁਗਲ ਨਾਲ ਗੱਲ ਕੀਤੀ ਸੀ ਕਿ ਅੱਗੇ ਮੈਂ ਉਹਨਾਂ ਨੂੰ ਪੈਸੇ ਦੇਣ ਜਾਂਦਾ ਸੀ ਵੀ ਅੱਜ ਮੈਂ ਲੈਣ ਗਿਆ ਤੇ ਉਹਨਾਂ ਨੇ ਮੈਨੂੰ 8 ਦਿਨਾਂ ਦਾ ਟਾਈਮ ਦੇ ਦਿੱਤਾ। ਪੈਸੇ ਅੱਗੇ ਉਹਨਾਂ ਨੇ ਮੈਨੂੰ ਲੈ ਲੈਣੇ ਮੇਰੇ ਕੋਲੋਂ ਤੇ ਅੱਜ ਮੈਂ ਪਹਿਲੀ ਦਫਾ ਯਾਰ ਕੀ ਲੈਣ ਜਾਣੇ ਸੀ ਤੇ ਉਹਨਾਂ ਨੇ ਮੈਨੂੰ 8 ਦਿਨਾਂ ਦਾ ਟਾਈਮ ਦੇ ਦਿੱਤਾ ਜੀ 8 ਦਿਨਾਂ ਬਾਅਦ ਅੰਕ ਲਿਓ ਸਾਡੀ ਲਿਸਟ ਬਣਾਉਣੀ ਹੈ। ਉਹਦੀ ਵਜ੍ਹਾ ਇਹ ਹੈ ਕਿ ਹਾਲੇ ਬੰਦੇ ਠੱਕੇ ਟੁੱਕੇ ਆ, ਰਾਣਾ ਦਨਵੀਰ ਵੀ ਉਹਦੇ ਪਰੇ ਮੈਸੇਜ ਚਲਾਇਆ ਜੇ ਉਹ, ਹਾਂਜੀ 5-6 ਦਿਨ ਉਹਨਾਂ ਦੇ ਕਲੈਕਸ਼ਨ 'ਚ ਲੱਗ ਜਾਣਗੇ ਪੈਸੇ ਫਿਰ ਉਹ ਦੇ ਦੇਣਗੇ। ਸਾਰੀ ਗੱਲ ਉਹਨਾਂ ਨੇ ਰੱਖ ਕੇ ਪੈਸਿਆਂ ਦੀ ਕੋਈ ਪਰੇਸ਼ਾਨੀ ਨਹੀਂ ਹੈ, ਉਹ ਤੇ ਪੈਸੇ ਲਿਸਟ ਮਲਾਉਣਗੇ ਅਸੀਂ ਤਾਂ। ਬਿਲਕੁਲ ਸਹੀ, ਉਹ ਤੇ ਮੈਂ ਉਹਨਾਂ ਨੂੰ ਜਾਣ ਕੇ ਗਿਆ, ਮੈਂ ਕਿਹਾ ਯਾਰ ਹੁਣ ਪੈਸੇ ਦੇ ਦਿਓ, ਮੈਂ ਕਿਹਾ ਅੱਗੇ ਸਾਰੀ ਜ਼ਿੰਦਗੀ ਤੋਂ ਮੇਰੇ ਕੋਲ ਲਈ ਹੈ ਤੇ ਐਰ ਕੇ ਪਹਿਲੀ ਦਫਾ ਮੈਂ ਤੁਹਾਡੇ ਕੋਲ ਲੈਣੇ ਆ। ਉਹ ਕਹਿੰਦੇ ਜੀ 8 ਦਿਨਾਂ ਬਾਅਦ ਲਿਓ ਜੀ, ਅਸੀਂ ਲਿਸਟਾਂ ਮਿਲਾ ਲਈਏ। ਮੈਂ ਕਿਹਾ ਚਲੋ ਠੀਕ ਹੈ ਜੀ। ਠੀਕ ਠੀਕ ਠੀਕ। ਤੇ ਗੋਸ਼ੀ ਬਾਈ ਤੁਹਾਡੇ ਕੋਲ ਟੋਟਲ ਕਬੂਤਰ ਕਿੰਨਾ ਕੁ ਹੋਏਗਾ? ਮੇਰੇ ਕੋਲ ਤਕਰੀਬਨ ਜੀ 2000 ਤੋਂ ਉੱਤੇ ਕਬੂਤਰ ਹੀ ਹੋਣਾ ਜੀ। 1000 ਤੋਂ ਉੱਤੇ? ਪਤਾ ਹੈ ਤੁਹਾਨੂੰ ਕਿਹੜੇ ਖੁੱਡੇ 'ਚ ਕਿਹੜਾ ਹੈ ਅਤੇ ਕਿਹੜੇ 'ਚ ਕਿਹੜਾ? ਨਹੀਂ, ਇਹ ਮੇਰੇ ਮੋਤਾ ਨੂੰ ਪਤਾ ਜੀ, ਮੈਨੂੰ ਨਹੀਂ ਇਸ ਗੱਲ ਦਾ। ਅੱਛਾ ਜੀ, ਅਤੇ ਉਸਤਾਦ ਹੋਣਾ ਨੇ ਕੁਛ ਜਿਹੜੇ ਕਬੂਤਰ ਜਿਹੜੇ ਦਿਲ ਲੱਗੀ ਵਾਲੇ ਹੁੰਦੇ ਆ ਉਹਨਾਂ ਦਾ ਇਲਮ ਹੈਗਾ, ਉਹਨਾਂ ਦਾ ਸ਼ੌਕ ਤਾਂ ਕਰਾਓ, ਦਿਲ ਲੱਗੀ ਵਾਲੇ ਦੇਖੀਏ ਕਿਹੜੇ ਆ। ਉਹ ਤੁਹਾਨੂੰ ਕਰਵਾਉਂਦੇ, ਸ਼ੌਕ ਵੀ ਕਰਵਾਉਂਦੇ ਆ, ਨਾਲੇ ਅਸਾਂ ਪਿੱਛੇ ਜੇ ਟੈਡੀ ਲਿਆਂਦੇ ਸੀ ਸਾਡੀ ਕਿਸਮਤ 'ਚ ਤਾਂ ਨਹੀਂ ਰਹੇ ਜੀ, ਪੈਸੇ ਵੀ ਅਸਾਂ 9-10 ਲੱਖ ਰੁਪਇਆ ਖਰਚੇ ਆ। ਅੱਛਾ, 9-10 ਲੱਖ ਦੇ ਵਿੱਚ ਸਿਰਫ ਸਾਡੇ ਕੋਲ ਇੱਕ ਜੋੜਾ ਬਚਿਆ ਮੇਰੇ ਵੱਲ, ਬਾਕੀ ਭਾਈ ਕਾਸ਼ਫ ਵੱਲ ਬਚੇ ਜੀ, ਤੇ ਉਹ ਤੁਹਾਨੂੰ ਜੋੜਾ ਉਹ ਵੀ ਟੈਡੀਆਂ ਦਾ ਵੀ ਚੈੱਕ ਕਰਾਉਂਦੇ ਆ ਜੀ, ਤੇ ਬਾਕੀ ਉਹਨਾਂ ਦੇ ਕੋਈ 30-40 ਬੱਚੇ ਆਏ ਸੀ ਨਿੱਕੇ ਨਿੱਕੇ ਤਾਲ ਥੱਲੇ ਜੀ, ਉਹ ਸਾਡੇ ਕੋਲ ਬੱਚੇ ਆ, ਬਾਕੀ ਸਾਰੇ ਮਰ ਗਏ। ਤੇ ਮੈਂ ਉਸਤਾਦ ਨੇ ਮੈਨੂੰ ਰੋਜ਼ ਹੀ ਉਹਨਾਂ ਤੋਂ ਗਾਲਾਂ ਕੱਢਦੇ ਸੀ। ਅੱਛਾ ਜੀ, ਕਿ ਤੂੰ ਇਹਨਾਂ ਨੂੰ ਬਚਾਇਆ ਨਹੀਂ। ਲਾਜਵਾਬ ਕੁੰਦੇ ਤੇ ਮਾਲਕ ਨੇ ਲਿਆਓ ਜੀ, ਲਿਆਓ ਬਿੱਲਾ ਭਾਈ ਜਰਾ ਜੋੜਾ, ਦੋਸਤਾਂ ਨੂੰ ਸ਼ੌਕ ਕਰਾਈਏ ਉਹਦਾ। 15-16 ਨੰਬਰ ਦੇ ਇੱਧਰ ਜਿਹੜੇ ਬੱਚੇ, ਇਸ ਤੋਂ ਇਲਾਵਾ ਜਿਹੜੇ ਕਬੂਤਰ ਉੱਡੇ ਨੇ ਨਾ ਆਪਣੇ ਜਿਹੜੇ ਕੋਲ ਨੇ, ਉਹਨਾਂ ਦਾ ਮੈਂ ਤੁਹਾਨੂੰ ਜਿਹੜਾ ਹੁਣ ਬੱਚਾ ਕਬੂਤਰ ਉੱਡੇ ਨਾ ਇਹਨਾਂ ਦੇ ਗਾਂ ਸਾਣਾ ਭੈਣ ਭਰਾ ਜਿਹੜੇ ਉਹ ਤੁਹਾਨੂੰ ਮੈਂ ਚੈੱਕ ਕਰਾਉਂਦਾ। ਹਾਂ, ਉਹ ਵੀ ਤੇ ਜਿਹੜੇ ਕਬੂਤਰਾਂ ਨੂੰ ਮੋਹਰ ਲੱਗੀ ਆ ਉਹ ਵੀ ਜਰਾ ਸਾਰਿਆਂ ਦਾ ਸ਼ੌਕ ਕਰਾ ਦਿਓ ਇੱਕ ਦਫਾ। ਇਹਦਾ ਮਾਂ ਪਿਓ ਹੈਗਾ ਕਬੂਤਰ ਕਿ ਐਵੇਂ ਦਿਖਾਓ? ਹਾਂ, ਸਾਜੀ 16 ਨੰਬਰ ਹੈਗਾ। ਇਹਨਾਂ ਨੂੰ ਕੀ ਪਤਾ ਵਾ ਉਹ ਆਉਂਦਾ ਬਿੱਲਾ ਉਹ ਕੰਨ ਕੱਢ ਗਿਆ। ਉਹ ਜੀ ਦੇਖੋ ਮਾਸ਼ਾਅੱਲਾ ਖੁੱਡਿਆਂ ਦੇ ਅੱਗੇ ਦਰਖਤ ਲੱਗੇ। ਉਹ ਜੀ ਇਹ ਹੁੰਦਾ ਬੜਾ ਹਾਲ ਅਲੱਗ। ਮਜ਼ੇਦਾਰ ਜਿਹੜੇ ਮੈਂ ਉਡਣ ਵਾਲੇ ਕਬੂਤਰਾਂ ਦੀ ਕੁਆਲਿਟੀਆਂ ਦੇਖੀਆਂ ਉਹ ਦੱਸ ਰਿਹਾ। ਬਿਲਕੁਲ ਠੀਕ, ਚਲੋ ਇੰਨੇ ਬੰਦੇ ਸਾਡੇ ਨਾਲ ਵਕਤ ਜ਼ਾਇਆ ਕਰ ਰਹੇ, ਕੋਈ ਗੱਲ ਹੀ ਦੱਸ ਦਵਾਂ। ਬਿਲਕੁਲ 300-6 ਬੰਦੇ ਨਾਲ ਲਾਸਟ ਟਾਈਮ ਲਾਈਵ, 305-306 ਬੰਦੇ ਨਾਲ ਲਾਈਵ। ਵੈਸੇ ਮੇਰੇ ਫੇਵਰਟ ਕਬੂਤਰ ਲਾਲ ਅੱਖਾਂ ਦੇ। ਅੱਛਾ ਜੀ, ਮੇਰੇ ਜੌਂਸਰੇ। ਹਾਂਜੀ, ਔਰ ਮੇਰੇ ਲਾਲ ਅੱਖਾਂ। ਆ ਦਿਖਾਣਾ ਜ਼ਰਾ ਮੈਨੂੰ। ਵਧੀਆ ਹੁੰਦਾ ਜਿਹੜਾ ਨਾ ਕਬੂਤਰ ਨੂੰ ਲੱਗਾ, ਇਹ ਅਨਥਕ ਹੁੰਦਾ ਲੱਗਾ ਹੋਇਆ। ਡੇਢ ਸੌ ਉੱਤੇ ਮਾਰ ਲਿਆ ਜੀ ਇਹਨਾਂ ਨੇ ਬਿਮਾਰੀ। ਅੱਛਾ ਜੀ,
ਲਾਜਵਾਬ ਕਬੂਤਰ ਸੀ ਬਸ। ਇਹਦੇ ਕਾਲੂ ਇਹ ਜਿਹੜੀ ਉਹ ਤੁਹਾਨੂੰ ਦਿਖਾਇਆ ਨਾ, ਹਾਂਜੀ ਇਹ ਵੀ ਬਾਜੀ ਸੀ? ਨਹੀਂ ਇਹ ਪੱਠੀ ਬਾਅਦ ਤਿਆਰ ਹੋਈ। ਇਹਦਾ ਮਾਂ ਪਿਓ ਦਿਖਾਓ ਪਹਿਲੇ, ਇਹਦਾ ਮਾਂ ਪਿਓ ਬਈ। ਵਾਕਈ ਭੈਣ ਚੋ ਉਹੀ ਜਿਹੜੇ ਤੁਹਾਡੇ ਫੇਵਰੇਟ ਆ ਉਹੀ ਕਬੂਤਰ ਆ ਇਹਨਾਂ 'ਚ? ਹਾਂਜੀ। ਔਰ ਕਮਾਲ ਦੀ ਡੋਬ ਆ ਇਹਨਾਂ ਦੇ ਕੋਲ, ਦੇਖੋ ਗੁਸ਼ ਬਈ ਇੱਥੇ ਰਾਤ ਤੇ ਆਸਾਨੀ ਨਾਲ ਲੱਗ ਜਾਂਦਾ ਕਬੂਤਰ? ਤੁਹਾਡੇ ਸਾਹਮਣੇ ਹੁਣ ਕਿੰਨੇ ਕਬੂਤਰ ਬੈਠੇ? ਕਾਫੀ ਬੈਠੇ ਯਾਰ। ਅਸਲ ਜਿਹੜੇ ਬਾਜ਼ੀ ਚੁੱਡੇ ਉਹ ਤੇ ਜਿਹੜੇ ਬਾਜ਼ੀ ਚੁੱਡੇ ਅਗਰ ਉਹਨਾਂ ਦਾ ਮਾਂ ਪਿਓ ਹੈ ਜਿੰਨੇ ਕੋਈ, ਜਾਂ ਜਿਹੜਾ 8 ਵਜੇ ਤੋਂ ਪਾਰ ਬੈਠਾ ਕਬੂਤਰ ਉਹ ਲੈ ਕੇ ਯਾਰ ਜਵਾਬ ਨਹੀਂ ਪਾਇਆ ਖਰੇ ਘੱਟੇ ਬਈ ਇਹਨਾਂ ਨੂੰ। ਪਿਓ ਪਹਿਲੇ ਜਦੋਂ ਤੁਸੀਂ ਕੱਟ ਕੇ ਗਏ ਜੇ ਭਾਈ? ਨਹੀਂ ਕੱਲ ਨੂੰ ਭੇਜੀ ਉਹਨੇ ਮੇਰੇ ਕੋਲ। ਇਹ ਕਿੰਨੇ ਵਜੇ ਬੈਠਾ ਕੋਸ਼ੀ ਭਾਈ? ਇਹ 4 ਕੱਲ 4 ਕੱਲੀਆਂ ਬੈਠਾ ਉਂਝੇ ਇਹਦੀ ਵੀ ਜਿਹੜੀ ਹੈ ਨਾ ਮੈਂ 3 ਵਜੇ ਤੋਂ ਪਾ ਰਹੀ ਹੁੰਦਾ ਜੀ। 3 ਵਜੇ ਤੋਂ ਪਾ ਰਹੀ 301 ਬੰਦੇ ਨਾਲ ਲਾਈਵ ਨੇ ਮਾਸ਼ਾਅੱਲਾ। ਇਹਦਾ ਵੀ ਇਹ ਵੀ ਕਰਦਾ ਹੀ ਹੈ ਕੁਛ ਜਿਹੜਾ 8 ਵਜੇ ਬੈਠਾ ਕਬੂਤਰ ਇਹ ਦੋ ਬਾਜ਼ੀਆਂ ਇਹਦੇ ਡੁੱਡਾ ਕਿੱਥੋਂ ਆਇਆ ਸੀ? ਥੋੜਾ ਥੱਲੇ ਕਰੋ ਨਾ ਬਾਈ ਇੱਥੇ। ਤੋ ਜੀ ਦੋਸਤੋ 8:16 ਵਾਲੇ ਕਬੂਤਰ ਦਾ ਕੁੰਦਾ ਔਰ ਉਹਦਾ ਜਿਸਮ ਔਰ ਉਹਦੀ ਕਟਿੰਗ ਸ਼ੇਪ ਸਭ ਤੋਂ ਡਿਫਰੈਂਟ ਆ। ਨੌਵੀਂ ਕਨੀ ਵੀ ਇਹਦੀ ਵੱਡੀ ਹੈ। ਬੜੀ ਗੱਲ ਫੜੀ ਭਾਈ ਨੇ ਮਾਸ਼ਾਅੱਲਾ। ਆਊਟ ਆਫ ਟਾਈਮ ਬੈਠਾ ਲੇਕਿਨ ਨੰਬਰ 1 ਗੱਲ ਇਹ ਹੈ ਕਿ ਮੁਨਸਫਾਂ ਦੀ ਮੌਜੂਦਗੀ ਦੇ ਵਿੱਚ ਆਊਟ ਆਫ ਟਾਈਮ ਬੈਠਾ। ਇੰਝ ਨਹੀਂ ਕਿ ਮੁਨਸਫ ਚਲੇ ਗਏ ਤਾਂ ਪਿੱਛੋਂ ਕਬੂਤਰ ਬਹਿ ਗਿਆ। ਭਾਈ ਦੋਸਤੋ ਮਜ਼ੇ ਦੀ ਗੱਲ ਦੱਸੀਏ, ਜਿਹੜਾ ਕਾਸ਼ਿਪ ਭਾਈ ਨੇ ਜਿਸ ਕਬੂਤਰ ਦੀ ਕਹੀ ਸੀ ਕਿ ਬਚਿਆ ਰਿਹਾ ਅਤੇ ਇਨਸ਼ਾਅੱਲਾ ਬਾਜ਼ੀਆਂ, ਹਾਂਜੀ ਅੱਜ ਤੋਂ ਸਾਲ ਪਹਿਲੋਂ ਭਾਈ ਹੋਣਾ ਨੇ ਕੱਟੇ ਸੀ ਅਤੇ ਉਹ ਜਿਹੜਾ ਕਬੂਤਰ ਇੱਕ ਭਰਾ ਨੇ ਉਹਦੀ ਅੱਗੇ ਆ ਕੇ ਬਰੀਡ ਦੇਖੀ ਅਤੇ ਉਹਨੇ ਕਿਹਾ ਬਚਿਆ ਰਿਹਾ ਤਾਂ ਉੜੇਗਾ ਅਤੇ ਦੂਸਰੇ ਭਰਾ ਨੇ ਉਹਦਾ ਬਾਪ ਜਿਹੜਾ ਸੀ ਉਹਨੂੰ ਨਿਸ਼ਾਨੀ ਲਾਤੀ ਸੀ ਕਿ ਇਹ ਕਬੂਤਰ ਕਿਸੇ ਨੂੰ ਨਾ ਦਿਓ ਇਹਦੇ ਬੱਚੇ ਕਢਾ ਲਿਓ ਔਰ ਉਸ ਉਹਨਾਂ ਨੇ ਇਹੀ ਕੰਮ ਕੀਤਾ ਔਰ ਰਿਜ਼ਲਟ ਮਾਸ਼ਾਅੱਲਾ 100% ਹਨ। ਲਾਈਟ ਚਲਾ ਦਿਓ। ਔਰ ਜਿਸ ਤਰ੍ਹਾਂ ਕਿ ਰਾਣਾ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਲਾਲ ਅੱਖ ਦੇ ਕਬੂਤਰ ਜ਼ਿਆਦਾ ਪਸੰਦ ਨੇ, ਟੈਡੀ ਇੰਨੇ ਨਹੀਂ ਪਸੰਦ। ਪੰਜੇ ਵੀ ਲਾਜਵਾਬ ਨੇ, ਖੁਸ਼ਕ ਪੰਜੇ ਔਰ ਕਮਾਲ ਪੰਜੇ, ਅੱਛੇ ਬਲੱਡ ਲਾਈਨ 'ਚ ਹੈ।
ਕਿਸੇ ਤਰ੍ਹਾਂ ਜੀ, ਕੋਈ ਸ਼ੱਕ ਨਹੀਂ। ਇਹ ਮਾਂ ਹੈ ਜੀ, ਉਹਨਾਂ ਬੱਚਿਆਂ ਦੀ ਲਓ ਜੀ, ਉਹਨਾਂ ਨੇ ਕਰਾਸ 'ਤੇ ਤਕੜਾ ਹੀ ਦਿੱਤਾ। ਔਰ ਬਹੁਤ ਅੱਛਾ ਜੋੜਾ ਲੱਗਾ ਮਾਸ਼ਾਅੱਲਾ। ਲਾਈਟ ਚਲਾ ਦੇ ਕੋਈ ਨਹੀਂ। ਬਹੁਤ ਆਲਾ ਕਬੂਤਰੀ ਹੈ ਮਾਸ਼ਾਅੱਲਾ, ਨਰ ਦਾ ਵੀ ਜਵਾਬ ਨਹੀਂ ਹੈ, ਬੱਚੇ ਵੀ ਬਹੁਤ ਅੱਛੇ ਕਰ ਰਹੇ। ਬਗਲਾਂ ਦੇਖੋ ਕਬੂਤਰੀ ਦੀਆਂ, ਇਹ ਬਗਲਾਂ ਹੋਣੀਆਂ ਚਾਹੀਦੀਆਂ ਪ੍ਰਵਾਸੀ ਕਬੂਤਰਾਂ ਦੀਆਂ। ਲਓ ਜੀ, ਇਹ ਸਿਸਟਮ ਬਣਾਇਆ ਛਾਤਾ ਬੜਾ ਖੂਬਸੂਰਤ, ਮੈਂ ਇੱਕ ਦਫ਼ਾ ਫਿਰ ਸਾਰਿਆਂ ਨੂੰ ਦਿਖਾਵਾਂ। ਇਹ ਸਾਰਾ ਬਰੀਡਿੰਗ ਸੈਟਅਪ ਆ, ਇੱਥੇ ਜੋੜਿਆਂ ਦੇ ਸਾਰੇ ਕਬੂਤਰ ਨੇ। ਸਾਰੇ ਦੇ ਸਾਰੇ ਬਰੀਡਰ ਕਬੂਤਰ ਨੇ। ਇਹ ਅੱਗੇ ਇਹਨਾਂ ਦੇ ਬੱਚੇ ਨੇ। ਬੜੇ ਬੜੇ ਅੱਛੇ ਕਬੂਤਰ ਨੇ ਮੇਰੀ ਖੁਸ਼ੀ ਭਾਈ ਕੋ। ਕਿਆ ਬਾਤ ਹੈ, ਬਹੁਤ ਇੰਨੀਆਂ ਤੇ ਚੰਗਾ ਸੀ, ਮੈਂ ਫੜ ਕੇ ਇੱਧਰ ਲੈ ਕੇ ਆਇਆ। ਦੇਖਣ ਵਾਲਾ ਤਾਂ ਹੈ, ਮਾਸ਼ਾਅੱਲਾ ਜੀ ਬਹੁਤ ਅੱਛਾ। ਬਾਕੀ ਮੈਂ ਦਿਖਾ ਦਿੰਦਾ ਇਹ ਜੀ, ਖੁਸ਼ੀ ਭਾਈ ਨੂੰ ਰਾਣਾ ਸਾਹਿਬ ਨੇ ਗਿਫਟ ਕੀਤਾ ਕਬੂਤਰ। ਔਰ ਤੁਸੀਂ ਦੇਖੋ ਕਿ ਵੀ ਇੰਨੇ ਕਬੂਤਰਾਂ ਦੇ ਵਿੱਚ ਲਾਈਟ ਚਲਾ ਦਿਉ, ਇੰਨੇ ਕਬੂਤਰਾਂ ਦੇ ਵਿੱਚ ਮੈਨੂੰ ਇਹ ਦਿਲ ਨੂੰ ਲੱਗਾ ਸੀ ਕਲੋਜ਼ ਕਰੋ ਸਰ, ਅਤੇ ਮੈਂ ਕਿਹਾ ਮੈਂ ਸਾਰੇ ਦੋਸਤਾਂ ਨੂੰ ਜ਼ਰਾ ਨਾ ਇਹਦਾ ਸ਼ੌਕ ਕਰਾਂਗਾ। ਆ ਜਾਓ, ਆਜੋ ਬਿੱਲਾ ਜੀ, ਆਜੋ। ਜੀ ਬਹੁਤ ਆਲਾ ਕਬੂਤਰ ਜੇ, ਇਹ ਵੀ ਤੁਹਾਨੂੰ ਸਭ ਲਵਾਇਆ।
ਇਹ ਇਹਨਾਂ ਦਾ ਪਹਿਲੇ ਦਾ ਇਹ ਵੀ ਉਹਨਾਂ 'ਚ ਸ਼ਾਮਿਲ ਹੈ। ਬਹੁਤ ਅਲੱਗ ਇਹ ਮਾਦੀ ਤਾਂ ਫੜਿਓ ਕੱਲ ਬੱਚੇ ਦੇ ਨਾਲ ਜੀ ਦੋਸਤੋ ਦੇਖੋ ਫਰਕ ਹੁੰਦਾ। ਕਲੋਜ਼ ਕਰੇ ਜੀ ਇਹ ਕਬੂਤਰੀ ਤਾਂ ਇਹਨਾਂ ਨੂੰ ਹਜੇ ਨਹੀਂ ਪਤਾ ਹੈ ਕੀ ਹੈ, ਲੇਕਿਨ ਜਿੱਦਣ ਇਹਨੇ ਇੱਥੇ ਬੱਚਾ ਉਡਾ ਦਿੱਤਾ ਸਿਰਫ ਔਰ ਸਿਰਫ ਇਸੇ ਕਬੂਤਰੀ ਦੀ ਨਸਲ ਹੋਏਗੀ ਇੱਥੇ ਸਾਰੀ। ਜੈਨ ਭਾਈ ਪਸੰਦ ਵੀ ਆ ਰਹੇ ਆ ਸਰ ਜੀ, ਮੈਂ ਲਾਈਵ ਕਹਿ ਰਿਹਾ ਕਿ ਇਸ ਕਬੂਤਰੀ ਦਾ ਕਿਸੇ ਨੂੰ ਨਹੀਂ ਪਤਾ ਕਿ ਕੀ ਹੈ, ਲੇਕਿਨ ਜਿਸ ਦਿਨ ਇਹਨੇ ਬੱਚਾ ਉਡਾਉਣਾ ਨਾ ਅਤੇ ਇਸ ਕਬੂਤਰੀ ਦੇ ਆਂਡੇ ਇੱਥੇ ਬਦਲਦੇ ਪਏ ਨੇ ਸਾਰੇ। ਇਹ ਰਾਣਾ ਸਾਹਿਬ ਨੂੰ ਸ਼ੌਕ ਕਰਾਇਆ ਹੁਣ ਕੋਈ ਜ਼ੈਨ ਨੇ ਸਪੈਸ਼ਲ ਭੇਜੀ ਦੇਖ ਸਲਾਰਾ
ਮੀਆਂ ਨਜ਼ੀਰ ਬਲੱਡ ਲਾਈਨ ਹੈ। ਖੁਸ਼ੀ ਭਾਈ ਬਹੁਤ ਅੱਛੇ ਅੱਛੇ ਕਬੂਤਰ ਅੱਲਾ ਦੀ ਕਸਮ, ਇਹ ਲੱਗ ਕੇ ਜਦੋਂ ਜੋੜੇ ਤੁਸੀਂ ਇਹਨਾਂ ਨੂੰ ਕਰਕੇ ਲਾਣੇ ਨਾ ਸਹੀ ਤਰੀਕੇ ਨਾਲ, ਆ ਦੋ ਚੋ ਦਿਨਾਂ ਨੂੰ ਨਾ ਭਾਈ ਕਾਸ਼ ਬਣਾਉਣੇ ਉਹ ਵਿਹਲੇ ਹੋ ਗਏ ਨਾ ਜੀ, ਤੇ ਆਉਣਾ ਵਾ ਦੇ ਵਿੱਚ ਉਹਦਾ ਜੋੜੇ ਲਾ ਕੇ ਬਾਕੀ ਆਇਆ ਸਾਰੇ ਕਬੂਤਰ ਜਿਹੜੇ ਫਰਕ ਕਰ ਦੇ, ਫਰਕ ਕਰ ਦਿਓ ਬਿਲਕੁਲ ਬਿਲਕੁਲ, ਜਿਹੜੇ ਏ ਕਲਾਸ ਗ੍ਰੇਡ ਦੇ ਉਹ ਰੱਖੋ ਬਕਾਇਆ ਸਭ ਫਰਕ ਕਰ ਦਿਓ, ਬਾਹਰੋਂ ਸ਼ੁਕਰਾਨਾ ਅੰਦਰੋਂ ਸਾਰੇ ਕਬੂਤਰ ਮਾਸ਼ਾਅੱਲਾ ਬਹੁਤ ਆਲਾ, ਬਹੁਤ ਹੀ ਆਲਾ, ਆਊਟ ਕਲਾਸ ਹੁੰਦਾ ਵੀ ਦੇਖੋ, ਮਜ਼ਾ ਆ ਗਿਆ ਕਿਆ ਬੋਲ। ਹਾਂ ਜੀ ਇਹ ਵੀ ਚੈਂਪੀਅਨ ਕਬੂਤਰੀ ਹੈ, ਅਭੀ ਦਿਖਾ ਕੇ ਆਇਆ ਜੀ ਡੈਡੀ ਕਬੂਤਰ ਹਾਂਜੀ, ਜ਼ਰਾ ਬੈਠਾ ਦਿਖਾਈ ਕੀ ਕਹਿੰਦੇ ਖੁਸ਼ੀ ਬਾਈ ਸਾਧੂ ਨੇ ਲਾਜਵਾਬ, ਮੈਨੂੰ ਕਹਿੰਦੇ ਭਾਈ ਕਾਸ਼ ਨੂੰ ਬੁਲਾ ਕੇ ਲਓ ਜੋੜੇ, ਨਜ਼ਰ ਆ ਰਿਹਾ ਵਿੱਚ ਐਸੇ ਹੀ ਹਾਂਜੀ ਹੈਨਾ 100% ਬਾਹਰ ਦੇ ਸਾਰੇ ਕਬੂਤਰ ਤੇ ਉਹਨਾਂ ਦੀ ਜਵਾਬ ਹੀ ਨਹੀਂ ਉਹਨਾਂ ਦੇ ਕਬੂਤਰਾਂ ਦਾ ਦੇਖੋ ਨਾ, ਹਾਂਜੀ ਅਗਲਾ ਹਾਂਜੀ ਦਾਣਾ ਪਾਣੀ ਹੁਣ ਕੀਤਾ ਜੀ, ਮਾਸ਼ਾਅੱਲਾ ਇਹ ਸੀ ਜਨਾਬ ਉਸਤਾਦ ਗੁਲਾਮ ਮੁਰਤਜ਼ਾ ਔਰ ਖੁਸ਼ੀ ਭਾਈ ਦੀ ਛੱਤ।
ਔਰ ਉਮੀਦ ਹੈ ਸਾਰੇ ਦੋਸਤਾਂ ਨੂੰ ਮਜ਼ਾ ਆਇਆ ਹੋਵੇਗਾ ਗੱਪਸ਼ੱਪ ਦਾ। ਔਰ ਗਰਮੀ ਵੀ ਹੈ ਲੇਕਿਨ ਉਹਨਾਂ ਦੀ ਮਿਹਰਬਾਨੀ ਹੈ, ਰਾਣਾ ਮੁੰਨਾ ਸਾਹਿਬ ਦੀ ਮਿਹਰਬਾਨੀ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢਿਆ ਔਰ ਤਸ਼ਰੀਫ ਲਿਆਏ, ਅਤੇ ਗੋਸ਼ੀ ਬਾਈ ਦੀ ਬੜੀ ਬੜੀ ਮਿਹਰਬਾਨੀ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਦਿੱਤਾ। ਅਤੇ ਗੋਸ਼ੀ ਬਾਈ, ਫੈਸਲਾਬਾਦ ਦੇ ਮੌਸਮ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ ਇਸ ਦਫ਼ਾ ਜਿਹੜਾ ਮੌਸਮ ਰਿਹਾ ਬਾਜ਼ੀਆਂ ਦਾ? ਮੌਸਮ ਪੰਜ ਸਾਰਿਆਂ ਦੇ ਨਾਲ ਹੀ ਹੈ, ਸਭ ਨੂੰ ਪਤਾ ਹੀ ਹੈ ਕਿ ਇਸ ਟਾਈਮ ਇੱਥੇ ਬੈਠੇ ਬੈਠੇ ਸਾਰੇ ਕੱਪੜੇ ਭਿੱਜੇ ਪਏ। ਹਾਂਜੀ, ਤੁਹਾਡੇ ਵੀ ਭਿੱਜੇ ਪਏ ਅਤੇ ਮੇਰੇ ਵੀ ਭਿੱਜੇ ਪਏ, ਅਤੇ ਘੁੰਮ ਜਿਹਾ ਬਣ ਗਿਆ ਵਾ। ਜੇਠ ਦੀ ਬਾਜ਼ੀ ਜੇਠ ਦੀ ਹੁੰਦੀ ਆ, ਹਾੜ ਤਾਂ ਤੁਹਾਨੂੰ ਪਤਾ ਵਾ, ਸੋਨ ਭਾਦੋਂ ਦਾ ਪੱਖ ਲੱਗ ਜਾਂਦਾ ਵਾ, ਕਦੀ ਹਬਸ, ਕਦੀ ਗੁੰਮਾ ਲੱਗ ਗਿਆ, ਕਦੀ ਹਨੇਰੀ ਆ ਗਈ। ਹਾਂਜੀ ਗੱਲ, ਅਤੇ ਬਾਕੀ ਸਾਰਾ ਤਾਂ ਪਤਾ ਹੀ ਹੈ ਜਿੱਦਾਂ ਦਾ ਮੌਸਮ ਹੈਗਾ ਜੀ। ਮਾਸ਼ਾਅੱਲਾ, ਜਿਸ ਤਰ੍ਹਾਂ ਦਾ ਰਿਜ਼ਲਟ ਰਿਹਾ ਮਤਲਬ ਇਸ ਦਫ਼ਾ ਤੁਹਾਡਾ, ਫਿਊਚਰ ਦੇ ਵਿੱਚ ਤੁਹਾਡਾ ਕੀ ਪਲੈਨਿੰਗ ਹੈ, ਕਿਸ ਲੈਵਲ ਦਾ ਸ਼ੌਕ ਕਰਨ ਦਾ ਇਰਾਦਾ ਤੁਹਾਡਾ? ਸਾਡਾ ਜੀ ਫਿਊਚਰ 'ਚ ਸ਼ੌਕ ਕਰਨ ਦਾ ਇਹ ਹੈ ਜੀ, ਇਨਸ਼ਾਅੱਲਾ ਤਾਲਾ ਜ਼ਿੰਦਗੀ ਰਹੀ ਦੇ, ਸਾਡੇ ਕੋਲੋਂ ਦੋ ਛੱਤਾਂ ਵਾ ਹੁਣ ਜੀ, ਇੱਕ ਨਿੰਬੂ ਵਾਲੇ ਆ ਅਤੇ ਇੱਕ ਸਾਡੀ ਆਹ ਛੱਤ ਆ। ਠੀਕ ਹੈ, ਨਿੰਬੂ ਵਾਲੀ ਛੱਤ ਤੋਂ ਅਸਾਂ ਇਨਸ਼ਾਅੱਲਾ ਤਾਲਾ ਜ਼ਿੰਦਗੀ ਰਹੀ ਦੇ ਪੰਜਾਬ ਲੈਵਲ 'ਤੇ ਖੇਡਿਆ ਕਰਾਂਗੇ। ਠੀਕ ਹੈ, ਫੈਸਲਾਬਾਦ ਵਾਸਤੇ ਅਸਾਂ ਆਹ ਛੱਤ ਆਪਣੀ ਜਿਹੜੀ ਆ ਉਹ ਮੁਤਾਬਿਕ ਕਰ ਲਈ ਆ, ਸਾਡੀ ਭਾਈ ਕਾਸ਼ਮ ਨਾਲ ਅਤੇ ਭਾਈ ਮੁੰਨੀ ਨਾਲ ਗੱਲਬਾਤ ਹੋ ਕੇ ਸਾਰਾ ਅਸਾਂ ਇਸ ਡਿਸੀਜ਼ਨ 'ਤੇ ਪਹੁੰਚੇ ਹਾਂ ਜੀ, ਕਿ ਇੱਕ ਛੱਤ ਜਿਹੜੀ ਆ ਉਹ ਅਸਾਂ ਪਾਕਿਸਤਾਨ ਲੈਵਲ ਵਾਲੀ ਰੱਖ ਲਈਏ। ਠੀਕ ਹੈ, ਅਤੇ ਇੱਕ ਛੱਤ ਜਿਹੜੀ ਅਸਾਂ ਆਪਣੇ ਫੈਸਲਾਬਾਦ ਵਾਸਤੇ ਰੱਖੀ। ਜ਼ਿੰਦਾਬਾਦ, ਜ਼ਿੰਦਾਬਾਦ। ਅਤੇ ਇਨਸ਼ਾਅੱਲਾ ਤਾਲਾ ਅੱਸੂ 'ਚ ਵੀ ਤੁਹਾਨੂੰ ਰਿਜ਼ਲਟ ਅੱਛਾ ਆਏਗਾ, ਉਸਤਾਦ ਵੱਲੋਂ ਕੋਈ ਬੱਚੇ ਕੋ ਆਏ ਆ ਕੋ ਆਉਣ ਵਾਲੇ ਥੋੜ੍ਹੇ ਜਿਹੇ, ਮੈਂ ਇਨਸ਼ਾਅੱਲਾ ਤਾਲਾ ਜ਼ਿੰਦਗੀ ਰਹੀ ਅਤੇ ਤੁਹਾਨੂੰ ਰਿਜ਼ਲਟ ਨਜ਼ਰਾਂ ਖੁਦ ਹੀ ਆ ਜਾਣਾ। ਭਾਈ ਕਾਸ਼ਰ ਦੇ ਬਾਰੇ ਕੀ ਕਹਿਣਾ ਚਾਹੋਗੇ, ਜਿਨ੍ਹਾਂ ਦੀਆਂ ਪੇਸ਼ਨ ਗੋਈਆਂ ਤੁਹਾਡੇ ਵਾਸਤੇ ਬਹੁਤ ਬੈਸਟ ਸਾਬਤ ਹੋਈਆਂ ਨੇ, ਅਤੇ ਰਾਣਾ ਮੁੰਨਾ ਸਾਹਿਬ ਦੀ ਸ਼ਖਸੀਅਤ 'ਤੇ ਖੁੱਲ੍ਹੀ ਕਿਤਾਬ ਆ, ਸਾਰੇ ਦੋਸਤਾਂ ਨੂੰ ਪਤਾ ਕਿ ਉਹਨਾਂ ਦਾ ਬੋਲਣਾ ਬੈਠਣਾ, ਲੇਕਿਨ ਰਾਓ ਸਾਹਿਬ ਇਹਨਾਂ ਜਿਹੜਾ ਨਾ ਪਰਦੇ ਦੇ ਸਾਹਮਣੇ ਇਹਨਾਂ ਨਹੀਂ ਆਉਂਦੇ, ਤੁਹਾਡਾ ਉਹਨਾਂ ਨਾਲ ਬਹੁਤ ਤਲਕ ਹੈ, ਪਿਆਰ ਆ, ਕੈਸੇ ਬੰਦੇ ਨੇ ਤੁਹਾਡੀ ਨਜ਼ਰ ਦੇ ਵਿੱਚ? ਮੇਰੀ ਨਜ਼ਰ 'ਚ ਜੀ ਉਹ ਮਾਸ਼ਾਅੱਲਾ, ਮੈਂ ਸੱਚੀ ਗੱਲ ਕਰਾਂ ਜੀ, ਮੈਂ ਇੰਨੀ ਭਾਈ ਮੁੰਨੇ ਦੀ ਇੱਜ਼ਤ ਨਹੀਂ ਕਰਦਾ ਜਿੰਨੀ ਉਹਨਾਂ ਦੀ ਕਰਦਾ, ਸਿੱਧੀ ਗੱਲ ਆ, ਭਾਈ ਮੁੰਨਾ ਮੇਰੇ ਸਾਹਮਣੇ ਬੈਠਾ। ਹੈਲੋ ਜੀ, ਯਾਨੀ ਕਿ ਮੇਰੀ ਵੀ ਇੱਜ਼ਤ ਨਹੀਂ ਕਰਦਾ? ਨਹੀਂ, ਉਹ ਗੱਲ ਨਹੀਂ ਕਿ ਜਿੰਨੀ ਮੇਰੀ ਉਹਨਾਂ ਵਾਸਤੇ ਹੈ ਨਾ, ਮਤਲਬ ਕਿਉਂਕਿ ਉਹ ਭਾਈ ਮੁੰਨੇ ਨਾਲ ਮੇਰਾ ਨਾ ਇੰਨਾ ਬੈਂਕ ਲੋਨ ਨਹੀਂ ਹਲੇ ਹੋਇਆ। ਹਾਂਜੀ, ਤੇ ਭਾਈ ਕਾਸ਼ਿਫ ਦੇ ਨਾਲ ਰੋਜ਼ ਹੀ ਮਕਡੋਨਲ 'ਚ, ਕਦੀ ਕਿਤੇ ਮੈਂ ਕਦੀ ਗੁੱਜਰ ਖਾਨ ਜਾ ਰਿਹਾ, ਕਦੀ ਅਸਾਂ ਕਿਤੇ, ਮੇਰਾ ਨਾ ਲੌਂਗ ਰੂਟ ਬਹੁਤ ਜ਼ਿਆਦਾ ਜਿਹੜਾ ਨਾ ਭਾਈ ਕਾਸ਼ਿਫ ਨਾਲ ਰਿਹਾ, ਉਹ ਫਿਰ ਤੁਹਾਨੂੰ ਪਤਾ ਵਾ ਜਿੰਨਾ ਜਿੰਨਾ ਜ਼ਿਆਦਾ ਟਾਈਮ ਗੁਜ਼ਰ ਜਾਵੇ ਓਨਾ ਹੀ ਉਹ ਬੰਦੇ ਨੂੰ ਨਾ ਪਤਾ ਲੱਗ ਜਾਂਦਾ ਕਿ ਯਾਰ ਕੈਸਾ ਬੰਦਾ। ਸਵਾਲ ਕਰਾਂ ਜੀ ਜੀ ਰਾਣਾ ਸਾਹਿਬ, ਜ਼ਰੂਰ। ਹੁਣ ਇਹ ਦੱਸੋ ਕਬੂਤਰ ਬਾਜ਼ ਕਿੰਨਾ ਕੁ ਭਾਰਾ ਵਾ, ਉਹ ਇਹ ਦੱਸੋ ਸ਼ਹਿਰ ਯਾਰ ਮੈਨੂੰ ਗੱਲ ਕਰਨੀ ਹੈ। ਉਸ ਤੋਂ ਵੱਡਾ ਜੀ ਕਬੂਤਰ ਬਾਜ਼ ਫੈਸਲਾਬਾਦ 'ਚ ਕੋਈ ਨਹੀਂ ਹੈ ਜੀ। ਕਿਆ ਬਾਤ, ਅੱਲਾ ਨੂੰ ਹਾਜ਼ਰ ਨਾਜ਼ਰ, ਅੱਲਾ ਨੂੰ ਹਾਜ਼ਰ ਨਾਜ਼ਰ ਕਰਕੇ ਮੈਂ ਇਹ ਗੱਲ ਕਰ ਰਿਹਾ ਜੀ ਕਿ ਸ਼ਾਮ ਦੇ ਟਾਈਮ ਉਹ 3 ਵਜੇ ਆਏ। ਅੱਛਾ, ਬਾਈ ਖਾਲਦ ਅਤੇ ਉਹ ਅਸਾਂ, ਮੈਂ ਉਹ ਵੀ ਤਸਵੀਰਾਂ ਚਾੜੀਆਂ ਸੀ ਫੇਸਬੁੱਕ ਦੇ ਉੱਤੇ, ਅਤੇ ਆ ਕੇ ਬਹਿ ਕੇ ਨਾ ਉਹਨਾਂ ਨੇ ਮੇਰੇ ਕਬੂਤਰ ਬੈਠੇ ਸੀ ਬਾਹਰ 300, ਉਹਨਾਂ ਨੇ ਕਿਹਾ ਇਹਨਾਂ ਨੂੰ ਕਿਉਂ ਬਾਹਰ ਪਾਇਆ, ਇਹਨਾਂ ਨੂੰ ਕੱਢ ਕੇ ਪੱਲਾ ਨਹੀਂ ਕਿਉਂ ਮਾਰਦਾ, ਇਹਨਾਂ ਨੂੰ ਛੋਟੀ ਬਾਹਰ। ਅੱਛਾ, ਛਾਪਰ ਮਾਰੇ ਆ, ਜੇ 16 ਨੰਬਰ ਦੀ ਗੱਲ ਕਰਦੇ ਹਲੇ, ਇੱਕੋ ਹੀ ਕਬੂਤਰ ਬੰਨੇ ਹੋਇਆ ਸੀ ਸੀਤਾ ਆ, ਉਹਨਾਂ ਨੇ ਕਿਹਾ ਜੀ ਆਹ ਕਬੂਤਰ ਅਗਰ ਮੇਰੇ ਹੱਥ ਥੱਲੇ ਆ ਗਿਆ ਨਾ, ਮੈਂ ਫੈਸਲਾ ਵਾ ਜੀ ਬਾਜ਼ੀ ਕਿਸਮ ਨੂੰ ਦੇਵਾਂ। ਕਿਆ ਬਾਤ, ਇਹ ਪਹਿਲੇ ਦਿਨ ਉਹ ਮੇਰੀ ਛੱਤ 'ਤੇ ਆਏ, ਪਹਿਲੇ ਦਿਨ ਉਹਨਾਂ ਨੇ ਆ ਕੇ ਮੇਰੇ ਨਾਲ ਇਹ ਗੁਫ਼ਤਗੂ ਕੀਤੀ। ਕਬੂਤਰ ਹੱਥ 'ਚ ਫੜਿਓ ਬਗੈਰ, ਫੜਿਓ ਬਗੈਰ ਉੱਡਦਾ ਆ ਉਹਨਾਂ ਦੇ, ਉਹਨਾਂ ਨੇ ਕਿਹਾ ਮੈਨੂੰ ਕਿ ਆਹ ਕਬੂਤਰ ਮੇਰੇ ਹੱਥ ਥੱਲੇ ਆ ਗਿਆ, ਅਤੇ ਸ਼ਹਿਰ 'ਚ ਮੈਂ ਬਾਜ਼ੀ ਕਿਸਮ ਨੂੰ ਦੂੰਗਾ, ਬਾਕੀ ਹਾਰ ਜਿੱਤ ਉਹ ਨਸੀਬਾਂ ਦੀ ਗੱਲ ਹੁੰਦੀ ਹੈ। ਹੁਣ ਮੌਸਮ ਨੇ ਜਿਹੜਾ ਹੈਗਾ ਵਾ, ਹੁਣ ਭਾਈ ਕਾਸ਼ਿਫ ਹੋਣਾ ਵੱਲ ਸਾਰੇ ਬੰਦੇ ਕਹਿੰਦੇ ਤਾਂ ਹੈ ਕਿ ਬੈਡ ਲੱਗ, ਇਹ ਵੀ ਵੇਖਣਾ ਯਾਰ, ਮੌਸਮ ਕਬੂਤਰ ਲੈ ਗਿਆ, ਉੱਥੇ ਕੀ ਪਤਾ ਕਰ ਸਕਦਾ, ਕੁਛ ਨਹੀਂ ਕਰ ਸਕਦਾ। ਸਹੀ ਗੱਲ, ਯਾਦ ਉੱਥੇ ਬੰਦੇ ਦੇ ਹੱਥ ਵੱਸ ਹੋਵੇ ਨਾ, ਡੋਰਾਂ ਪਾਈਆਂ ਹੋਣ ਬੰਦੇ ਨੇ, ਬੰਦਾ ਖਿੱਚ ਲਵੇ, ਨੇਰ ਤੂਫਾਨ ਦੇ ਵਿੱਚ ਕਬੂਤਰ ਕੀ ਕਰਨ। ਸਾਡੇ ਇੱਥੇ 2-3 ਵਾਕਿਆ ਐਸੇ ਹੋਏ ਆ, ਨਹੀਂ ਲੇਕਿਨ ਉਹ ਠੀਕ ਆ, ਉਹ ਸਾਈਡ ਹੀ ਰਹਿਣੀ ਚਾਹੀਦੀ ਹੈ, ਜਿਹੜੀ ਵੀ ਗੱਲ ਹੈ ਉਹ ਇੰਟਰਨਲ ਗੱਲ ਆ, ਜ਼ਰੂਰੀ ਨਹੀਂ ਹੈ ਉਹਦੇ 'ਚ ਕਿਸੇ ਬੰਦੇ ਨੂੰ, ਜਿਹੜੀ ਵੀ ਗੱਲ ਉਹ ਸਾਡੀ ਆਪਸ ਦੀ ਹੈ। ਅਤੇ ਸ਼ੌਕ ਦੇ ਵਿੱਚ ਮਾਸ਼ਾਅੱਲਾ ਤੁਹਾਡਾ ਅੱਛਾ ਜਨੂੰਨ ਆ, ਜ਼ਿੰਦਗੀ ਰਹੀ ਅਤੇ ਆਇੰਦਾ ਸਾਲ ਪੰਜਾਬ ਦੇ ਵਿੱਚ ਲਾਜ਼ਮੀ ਕਿਤੇ ਨਾ ਕਿਤੇ ਰਲਾਂਗੇ ਜ਼ਰੂਰ। ਮਾਸ਼ਾਅੱਲਾ ਜੀ ਰਾਣਾ ਸਾਹਿਬ, ਗੱਲ ਮੁਕਾ ਦਿੱਤੀ। ਅਤੇ ਤੁਸੀਂ ਇਹਨਾਂ ਦੀ ਤਿਆਰੀ ਕੈਸੀ ਕਰ ਰਹੇ ਹੋ, ਤਾਂ ਆਪਣੀ ਕਰ ਹੀ ਰਹੇ ਨੇ, ਲੇਕਿਨ ਤੁਸੀਂ ਕਿਸ ਲੈਵਲ ਦਾ ਤਿਆਰ ਕਰ ਰਹੇ ਹੋ ਇਹਨਾਂ ਨੂੰ?
ਦੇਖੋ ਜੀ ਇਹ ਛੱਤ ਦੇਖਿਆ ਜਾਏ ਮੇਰੇ ਤੋਂ ਵੀ ਬਹੁਤ ਬੜੀ ਛੱਤ ਹੈ। ਅੱਛਾ, ਇਹਦੇ ਖੁੱਡੇ ਥੋੜ੍ਹੀ ਪਸੀਹ ਕਰਾਉਣ ਵਾਲੀ ਹੈ। ਹਾਂਜੀ, ਐਗਜ਼ਾਸਟ ਨਹੀਂ ਹੈ ਬਿਲਕੁਲ, ਅੰਦਰ ਬਹੁਤ ਜਿਹਾ ਕੋਈ ਕੱਚੇ ਮਤਲਬ ਅੰਦਰੋਂ ਸਿੱਧੇ ਹੀ ਸਿੰਗਲ ਲੇਟ ਦੀ ਚਿਨਾਈ ਹੈ, ਸੀਮਟ ਹੋਇਆ, ਅੰਦਰ ਹੀਟ ਹੋ ਜਾਂਦੀ ਖੁੱਡਿਆਂ 'ਚ। ਹਾਂਜੀ, ਇਹ ਥੋੜ੍ਹੀ ਇਹਨਾਂ ਦੀ ਤਸੀਹ ਕਰਾਉਣ ਵਾਲੀ ਹੈ ਅਤੇ ਇਨਸ਼ਾਅੱਲਾ ਕਬੂਤਰ ਛੱਡਾਂਗੇ। ਅਤੇ ਇਹ ਵੀ ਛੱਤ ਮੇਰਾ ਖਿਆਲ ਚੈਂਪੀਅਨ ਦੀ ਦੌੜ 'ਚ ਹਮੇਸ਼ਾ ਹੀ ਹੋਏਗੀ। ਅੱਛਾ ਰਾਣਾ ਸਾਹਿਬ, ਅੱਜ ਕੱਲ੍ਹ ਇੱਕ ਬਹੁਤ ਜ਼ਿਆਦਾ ਮੇਜਰ ਇਸ਼ੂ ਆ ਰਿਹਾ ਜੋੜੇ ਵਾਲੇ ਕਬੂਤਰਾਂ ਨੂੰ ਵੀ, ਪ੍ਰਵਾਸੀ ਕਬੂਤਰਾਂ ਨੂੰ, ਖੁੱਡਿਆਂ ਦੇ ਵਿੱਚ ਹੀ ਪੇ ਪਿਆਂ ਨੂੰ ਤਾਲ ਲੱਗੀ ਜਾਂਦਾ, ਉਹਦੇ ਵਾਸਤੇ ਕੋਈ ਇੱਕ ਛੋਟੀ ਮੋਟੀ ਟਿਪ ਸ਼ੇਅਰ ਕਰ ਦਿਓ। ਇਸ ਟਾਈਮ 300 ਤੋਂ ਉੱਪਰ ਬੰਦੇ ਲਾਈਵ ਦੇਖ ਰਹੇ ਤੁਹਾਨੂੰ। ਦਾਦੀ ਜੀ ਟੇਪਾ ਜਾਣ ਜੀ, ਇੱਕ ਆਲੂ ਬੁਖਾਰਾ ਲੈ ਲਓ। ਅੱਛਾ ਜੀ, ਥੋੜ੍ਹਾ ਪੁਦੀਨਾ। ਅੱਛਾ ਜੀ, ਇੱਕ ਸਾਫੀ ਜਿਹੀ ਨਹੀਂ ਆਉਂਦੀ ਮਲਮਲ ਦੀ। ਹਾਂਜੀ, ਮਤਲਬ ਸਫੈਦ ਜੀਰਾ ਥੋੜ੍ਹਾ ਜਿਹਾ, ਅਨਾਰ ਦਾਣਾ ਕੁੱਟ ਕੇ। ਹਾਂਜੀ, ਆਪਣਾ ਮਲਮਲ ਦੇ ਕੱਪੜੇ। ਅੱਛਾ ਜੀ, ਉਹ ਕੁੱਡੋ 3 ਦਿਨ ਕੱਢ ਜਾਂਦੀ ਹੈ, ਜਦੋਂ ਪਾਣੀ ਕਨਾਲੀ 'ਚ ਪਾਓ ਵਿੱਚ ਡੁਬੋ ਦਿਓ। ਠੀਕ ਹੈ, ਬਹੁਤ ਜੋ ਕਬੂਤਰ ਪੀਂਦੇ ਰਹਿਣ। ਠੀਕ, ਮੇਰਾ ਖਿਆਲ ਆ ਕਿ 90+ ਰਿਜ਼ਲਟ ਠੀਕ ਹੋ ਜਾਂਦਾ, ਪਿਆਰਾ ਪਾਣੀ ਪੀਣਾ ਵੀ ਹਟ ਜਾਂਦੇ, ਗਰਮੀ ਵੀ ਚੁੱਕੀ ਜਾਂਦੀ, ਬੱਚੇ ਵੀ ਅੱਛੇ ਪਲਦੇ। ਬਿਲਕੁਲ ਠੀਕ, ਅਤੇ ਮੈਨੂੰ ਤਾਂ ਇਹ ਸੂਟ ਕਰਦਾ ਆ ਦੇਸੀ ਜਿਹਾ ਟੋਟਕਾ। ਬਿਲਕੁਲ ਸਹੀ, ਅਤੇ ਅੱਗੋਂ ਬੰਦਿਆਂ ਦਾ ਆਪਣਾ ਤਰੀਕਾਕਾਰ ਆ, ਕੀ ਕਰਦੇ ਆ, ਦਾਣਾ ਪਾਣੀ ਕਿਸ ਟਾਈਮ ਪਾਉਂਦੇ ਆ, ਦਾਣਾ ਕਦੋਂ ਪਾਉਂਦੇ ਪਾਣੀ। ਲੇਕਿਨ ਉਹ ਜਿਹੜਾ ਅੱਜ ਕੱਲ੍ਹ ਦਾ ਮੌਸਮ ਆ ਨਾ, ਜਿਸ ਦੇ ਕਬੂਤਰ ਅਕਸਰ ਕੋਟ ਵੀ ਰੋਕ ਜਾਂਦੇ ਅੰਡਿਆਂ ਦੇ ਬੈਠੇ ਜੋੜਿਆਂ ਲਈ, ਜੀ ਜੀ ਜੀ, ਬੰਦਿਆਂ ਨੂੰ ਪਤਾ ਨਹੀਂ ਲੱਗਦਾ ਉਹ ਸਿਹਤਮੰਦ ਹੀ ਮਰ ਗਿਆ। ਹਾਂਜੀ, ਇਹਨਾਂ ਨੂੰ ਪਤਾ ਨਹੀਂ ਲੱਗਦਾ, ਬੰਦੇ ਧਿਆਨ ਨਹੀਂ ਕਰਦੇ ਦਾਣਾ ਪਾਉਣ ਲੱਗੇ, ਦੇਖਣਾ ਚਾਹੀਦਾ ਕਬੂਤਰ ਕਿਹੜਾ ਬਾਹਰ ਨਹੀਂ ਆਇਆ। ਠੀਕ ਹੈ, ਜਦੋਂ ਮੌਤ ਤੁਹਾਡਾ ਦਾਣਾ ਪਾਵੇ ਪਹਿਲੇ ਦੇਖੋ ਇੰਨੇ ਜੋੜੇ ਆ ਕਿਹੜਾ ਬਾਹਰ ਨਹੀਂ ਆਇਆ, ਉਹ ਅੰਦਰ ਜਾ ਕੇ ਦੇਖੋ ਵੀ ਤੂੰ ਬਾਹਰ ਕਿਉਂ ਨਹੀਂ ਆਇਆ ਦਾਣਾ ਚੁਗਣ। ਬਿਲਕੁਲ ਠੀਕ, ਇਹ ਰੋਜ਼ ਝਾਟੀ ਮਾਰਦੇ ਰਹੋ ਕਬੂਤਰ ਮਤਲਬ ਤੁਹਾਡਾ ਖਰਾਬ ਹੋ ਜਾਏ, ਰੁਕਿਆ ਹੋਵੇ ਉਹਨੂੰ ਪਲਟਾ ਕੇ, ਮਤਲਬ ਕੋਈ 100 ਚੀਰਾਂ ਇਹ ਕਿਹੜਾ ਅਗਲੇ ਦਿਨ ਉਡਾਣੇ ਹੁੰਦੇ। ਹਾਂ ਬਿਲਕੁਲ, ਜਦੋਂ ਠੰਡੀਆਂ ਚੀਰਾਂ ਆ, ਓ ਆਰ ਐਸ ਦਾ ਸਾਸ਼ੇ ਲੈ ਲਓ। ਅੱਛਾ, ਥੋੜ੍ਹਾ ਜਿਹਾ ਪਾ ਲਓ। ਅੱਛਾ, ਹਾਂ ਇਹ ਵੀ ਠੀਕ ਆ, ਮਤਲਬ ਠੀਕ ਆ ਇਹ। ਬਿਲਕੁਲ, ਅਤੇ ਇਹ ਜਿਹੜੀ ਤੁਹਾਨੂੰ ਦੱਸੀ ਹੈ ਠੰਡੀਆਂ ਚੀਰਾਂ, ਥੋੜ੍ਹੀਆਂ ਘੁੱਟ ਕੇ ਨਾ ਕੋਟਰੀਆਂ ਬਣਾ ਲਈਆਂ। ਜੀ ਜੀ, ਉਹਨੂੰ ਤੋਂ ਘੁੱਟ ਕੇ ਡੋਰੀ ਬੰਨਣੀ ਅਤੇ ਕਨਾਲੀ 'ਚ ਛੱਡ ਦੇਣਾ, ਉੱਤੋਂ ਪਾਣੀ ਪਾ ਦੇਣਾ। ਬਿਲਕੁਲ ਠੀਕ, ਉਹ 2-3 ਦਿਨ ਚੱਲ ਜਾਂਦੀ, ਸੁੱਟ ਲਓ ਫਿਰ ਨਵੀਆਂ ਬਣਾ ਲਓ। ਇਹ 1.5-2 ਮਹੀਨੇ ਫੈਸਲਾਬਾਦ ਦੀ ਗਰਮੀ ਦੇ ਵਿੱਚ ਇਹ ਕੰਮ ਕਰ ਜਾਂਦੇ ਆ, ਕਰਦੇ ਆ ਕਬੂਤਰ। ਬਿਲਕੁਲ ਠੀਕ, ਹਾਂਜੀ। ਲਓ ਜੀ, ਬਹੁਤ ਬਹੁਤ ਸ਼ੁਕਰੀਆ ਰਾਣਾ ਸਾਹਿਬ, ਬੜੀ ਮਿਹਰਬਾਨੀ। ਲਓ ਜੀ, ਉਮੀਦ ਹੈ ਸਾਰੇ ਦੋਸਤਾਂ ਨੂੰ, ਬਾਕੀ ਸਾਡੇ ਬੰਦਿਆਂ ਦਾ ਵੀ ਯਾਰ ਮਾੜਾ ਮਾੜਾ ਥੋੜ੍ਹਾ ਜਿਹਾ ਕਰਾ ਦੇ, ਇਹਨਾਂ ਨੇ ਮਿਹਨਤ ਕੀਤੀ ਬੰਦਿਆਂ ਨੇ। ਲਓ ਜੀ, ਇਹ ਰਾਣਾ ਮੁੰਨਾ ਸਾਹਿਬ ਦਾ ਸ਼ਾਗਿਰਦ ਹੈ ਮਾਸ਼ਾਅੱਲਾ, ਔਰ ਇਹ ਰਾਣਾ ਮੁੰਨਾ ਸਾਹਿਬ ਦਾ ਰਾਈਟ ਹੈਂਡ ਹੈ। ਕੀ ਨਾਮ ਭਾਅ ਜੀ ਤੁਹਾਡਾ? ਉਸਮਾਨ ਬਿੱਲਾ ਜੀ। ਉਸਮਾਨ ਬਿੱਲਾ, ਮਾਸ਼ਾਅੱਲਾ। ਅਤੇ ਕਿੰਨੀ ਦੇਰ ਤੋਂ ਰਾਣਾ ਮੁੰਨਾ ਸਾਹਿਬ ਨਾਲ ਅਟੈਚ ਹੋ ਤੁਸੀਂ? ਮੈਂ ਜੈਨ ਭਾਈ ਤਕਰੀਬਨ 16-17 ਸਾਲ ਤੋਂ ਜੀ। 16 ਸਾਲ ਰਾਣਾ ਮੁੰਨਾ ਸਾਹਿਬ ਦੇ ਨਾਲ ਅਟੈਚ ਹੈ ਜੀ। ਅੱਛਾ, ਬਚਪਨ ਇਕੱਠਾ ਹੀ ਲੰਘਿਆ। ਸਮਝ ਲਓ ਕਿ ਮੈਂ ਜੋ ਵੀ ਕੁਛ, ਜਿਸ ਕਿਸਮ ਦਾ ਵੀ ਕੁਛ ਥੋੜ੍ਹਾ ਬਹੁਤਾ ਦਾਣਾ ਪਾਣੀ ਸਿੱਖਿਆ। ਹਾਂਜੀ। ਤੋ ਕਬੂਤਰਾਂ ਨੂੰ ਥੋੜ੍ਹਾ ਬਹੁਤ ਵਾਸ਼ ਕਰਨਾ ਜਾਂ ਠੀਕ ਕਰਨਾ ਜਾਂ ਬ੍ਰੈਸ਼ ਕਰਨਾ, ਹਾਂ, ਉਹ ਮੇਰੇ ਉਸਤਾਦ ਰਾਣਾ ਮੁੰਨਾ ਸਾਹਿਬ ਔਰ ਕਾਸ਼ਿਫ ਸਾਹਿਬ ਦੀ ਬਦੌਲਤ ਮੈਂ ਜੋ। ਮਾਸ਼ਾਅੱਲਾ, ਮਾਸ਼ਾਅੱਲਾ। ਮਤਲਬ ਇਹ ਇੱਥੇ ਛੱਤ 'ਤੇ ਜਿਹੜੀ ਕਬੂਤਰ ਆਏ ਨੂੰ ਟੈਲੀਫੋਨ 'ਤੇ ਗੱਲਬਾਤ ਸਾਰੀ ਸਾਂਭ ਇਹ ਹੈ, ਅਤੇ ਉਹ ਖੜਾ ਇੱਕ ਚੀਤਾ ਕਾਲੂ, ਇਹ ਹੱਸਿਆ ਜੀ ਕਾਲੂ ਚੀਤਾ। ਇਹਨਾਂ ਦੀ ਮਿਹਨਤ ਆ, ਇਹਨਾਂ ਨੇ ਇੱਥੇ ਮਿਹਨਤ ਕੀਤੀ ਅਤੇ ਇਹ ਮਾਸ਼ਾਅੱਲਾ ਸਾਰੇ ਦੋਸਤ ਨੇ ਜੀ, ਔਰ ਇਹ ਗੋਸ਼ੀ ਭਾਈ ਦੇ ਪਿਆਰ ਵਾਲੇ ਔਰ ਨਾਲ ਸੈਰ ਕਰਨ ਵਾਲੇ, ਔਰ ਸਾਰੇ ਸ਼ਾਗਿਰਦ ਹੈ। ਕੁੱਤੇ ਵੀ ਨੇ ਡੇਰੇ ਤੇ, ਤਲੋਰ ਵੀ ਨੇ, ਮੋਰ ਵੀ ਨੇ, ਬੱਕਰੀਆਂ ਵੀ ਆ, ਸਾਰਾ ਕੁਛ ਹੈਗਾ ਜੀ। ਠੀਕ ਹੋ ਗਿਆ ਸਰ, ਠੀਕ। ਲਓ ਜੀ, ਬੜੀ ਮਿਹਰਬਾਨੀ ਖੁਸ਼ੀ ਭਾਈ, ਓਕੇ।